हाँ जी, सत श्री अकाल जी, सारे स्वागत है थोड़ा पंजाब अड्डा 24/7 ते। मेरा नाम है किरणदीप। असं जुड़ चुके हैं हफ्ते दे लास्ट सैशन ते। लास्ट सैशन हफ्ते दे लास्ट सैशन वैसे नहीं है ना, हफ्ते दे लास्ट सैशन ते। तरीक हो चुकी है 29 जनवरी है ना। ठीक है। हाँ मैं क्या आवाज बुझ पता नहीं, मैं क्या पटाखे जो पैन लग गए मगर। हाँ जी, की हाल चाल सारे का? सत श्री अकाल, गुड मॉर्निंग, जय श्री राम, हर हर महादेव। किवें हो सारे? ठीक है, उठ गए? अज तो ठंड बहुत हुई भी साढ़े इतने, तो की हाल चाल सारा? गल्ला गुल्ला मारन लग रहे? हाँ बिल्कुल, चलो हम फिर करा गल बिल्कुल बाद च करो गल सारे। एक बार सब तो पहला करना कि सैशन नू, सब तो पहले जेडे जेडे जुड़ चुके ने पहला काम कर दो, एक बार तो सैशन कर दो सारे जने शेयर। ठीक है, सारे जने कर दो एक बार सैशन शेयर। होर फिर कि हो तो जेडे जेडे नवे जुड़े ने उन्होंने दस दी आप पहला की करा। आप पहला करा 28 जनवरी जो करंट अफेयर ने ਉਹਨਾਂ ਦੀ ਆਪਾਂ ਪਹਿਲਾਂ ਕਰਾਂਗੇ ਰਿਵੀਜ਼ਨ ਕਰਾਂਗੇ, ਫਿਰ ਉਹ ਤੋਂ ਬਾਅਦ ਆਪਾਂ 29 ਜਨਵਰੀ ਦੇ ਕਰੰਟ ਅਫੇਅਰ ਕਰਾਂਗੇ। ਤੇ ਕੱਲ ਦਾ ਦਿਨ ਯਾਨੀ ਕਿ ਸੰਡੇ ਦਾ ਦਿਨ ਸਵੇਰੇ 10 ਵਜੇ 10 AM ਤੁਹਾਡੇ ਲਈ ਵੀਕਲੀ ਰਿਵੀਜ਼ਨ ਹੋਗੀ। ਵੀਕਲੀ ਵਿੱਚ ਕੀ ਹੋਊਗਾ, ਮੈਂ ਗਿਣੇ ਚੁਣੇ ਮੈਂ 50-55-60 ਸਵਾਲ ਲੈ ਕੇ ਆਉਂਦਾ ਹੁਣ, ਅਪਰੋਕਸੀਮੇਟ 60 ਕੁਐਸਚਨ ਹੁੰਦੇ ਆ ਤੇ ਰੈਪਿਡ ਫਾਇਰ ਕੁਐਸਚਨ ਹੋਊਗਾ, ਤੁਹਾਡਾ ਪੇਪਰ ਦੀ ਤਰ੍ਹਾਂ ਆਊਗਾ। ਤੁਸੀਂ ਬਸ ਤਿਆਰੀ ਕਰ ਲੈਣੀ ਹੈ ਪੂਰੇ ਹਫ਼ਤੇ, ਜਿਹੜੀਆਂ ਜਿੰਨੀਆਂ 5-6 ਕਲਾਸਾਂ ਲੱਗੀਆਂ ਉਹਨਾਂ ਵਿੱਚੋਂ ਹੀ ਤੁਹਾਡੇ ਕੋਲ ਸਵਾਲ ਹੋਣਗੇ। ਤੁਹਾਡਾ ਇੱਕ ਤਰ੍ਹਾਂ ਦਾ ਟੈਸਟ ਹੋ ਜਾਊਗਾ, ਤੁਸੀਂ ਆਪ ਆਪਣੇ ਆਪ ਨੂੰ ਇਵੈਲਿਊਏਟ ਕਰਨਾ। ਤੁਸੀਂ ਵੱਡੇ ਹੋ, ਛੋਟੇ ਤਾਂ ਹੋ ਨਹੀਂ ਵੀ ਕੋਈ ਬਿਠਾ ਕੇ ਤੁਹਾਨੂੰ ਇਵੈਲਿਊਏਟ ਕਰੇ, ਤਾਂ ਆਪਣੇ ਆਪ ਤੁਸੀਂ ਆਪਣੇ ਆਪ ਨੂੰ ਇਵੈਲਿਊਏਟ ਕਰਨਾ ਬਹਿ ਕੇ ਉੱਥੇ। ਠੀਕ ਹੈ, ਕੱਲ੍ਹ ਸਵੇਰੇ 10 ਵਜੇ ਉਹਦਾ ਟੈਸਟ ਹੋਊਗਾ ਤੇ ਉਹਦੀ ਜਿਹੜੀ ਲੇਕਿਨ PDF ਹੈ, PDF ਇਸ ਹਫ਼ਤੇ ਦੇ ਸਾਰੇ ਕਰੰਟ ਅਫੇਅਰ ਮਿਲ ਜਾਊਗੇ। ਮਤਲਬ ਕਿ ਜਿੰਨੇ ਵੀ ਕਰੰਟ ਅਫੇਅਰ ਹੈਗੇ ਨਾ ਇਸ ਹਫ਼ਤੇ ਆਪਾਂ ਕੀਤੇ ਨੇ ਟੈਸਟ ਵਿੱਚ, ਸਿਰਫ 60 ਹੋਣਗੇ। ਬਾਕੀ ਜਿਹੜਾ PDF ਹੋਊਗਾ, PDF ਜਿੰਨੇ ਵੀ ਹੋਏ ਜੀ, 100 ਹੋਏ, 100 ਦੇ 100 ਕਰੰਟ ਅਫੇਅਰ ਹੋਣਗੇ ਉਸ PDF ਵਿੱਚ। ਠੀਕ ਹੈ, ਤਾਂ ਜੀ ਕੱਲ ਯਾਨੀ ਕਿ ਸੰਡੇ ਹੈ ਨਾ, ਕੱਲ੍ਹ ਹੀ ਹੈ ਸੰਡੇ। ਹਾਂ ਕੱਲ ਯਾਨੀ ਕਿ ਸੰਡੇ ਸਵੇਰੇ 10 ਵਜੇ ਪੰਜਾਬ ਅੱਡਾ 24/7 ਤੇ ਤੁਹਾਡੇ ਲਈ ਵੀਕਲੀ ਕਰੰਟ ਅਫੇਅਰ ਆਊਗੀ ਔਰ ਰੈਪਿਡ ਫਾਇਰ ਰਿਵੀਜ਼ਨ ਹੁੰਦੀ ਹੈ। ਉਹਦੇ ਵਿੱਚ ਹੋਰ ਕੋਈ ਗੱਲਾਂ ਨਹੀਂ ਕਰਨੀ ਕਿਸੇ ਨੇ, ਸਿਰਫ ਕੁਐਸਚਨ ਆਂਸਰ, ਕੁਐਸਚਨ ਆਂਸਰ, ਕੁਐਸਚਨ ਆਂਸਰ। ਤੁਹਾਡਾ ਇੱਕ ਟੈਸਟ ਹੁੰਦਾ ਉਹ, ਤੁਸੀਂ ਜ਼ਰੂਰ ਆਉਣਾ ਉੱਥੇ। ਠੀਕ ਹੈ, ਚਲੋ ਫਿਰ ਸ਼ੁਰੂ ਕਰਦੇ ਜੀ ਬਿਨਾਂ ਟਾਈਮ ਵੇਸਟ ਕੀਤੇ ਹੈ ਨਾ। ਇੱਕ ਤਾਂ ਜਿਹੜਾ ਪੰਜਾਬ ਅੱਡਾ 24/7 ਦਾ ਜਿਹੜਾ ਕਿਹੜਾ ਟੈਲੀਗ੍ਰਾਮ ਚੈਨਲ ਹੈ, ਇਹਨੂੰ ਜ਼ਰੂਰ ਫੋਲੋ ਕਰ ਲਓ। ਤੇ ਹਾਂਜੀ, ਜਿਹੜਾ ਮੈਂ ਕੱਲ੍ਹ ਦੱਸਿਆ ਤੁਹਾਨੂੰ, ਜੇ PPSC ਕੋਆਪਰੇਟਿਵ ਇੰਸਪੈਕਟਰ ਦਾ ਤੁਸੀਂ ਬੈਚ ਲੈਣਾ, ਉਹ ਹਜੇ ਵੀ 1471 ਦਾ ਮਿਲ ਰਿਹਾ। ਮੈਨੂੰ ਨਹੀਂ ਪਤਾ ਕਿਉਂ, ਇੱਕ ਦੋ ਦਿਨ ਚ ਉੱਡ ਜਾਣਾ ਉਹ। ਤੇ ਨਾਲ ਨਾਲ ਡਬਲ ਵੈਲਿਡਿਟੀ ਵੀ ਹਜੇ ਵੀ ਚੱਲੀ ਹੋਈ ਹੈ, ਜਿਹੜੀ ਡਬਲ ਵੈਲਿਡਿਟੀ ਹੁੰਦੀ ਹੈ ਨਾ, ਮਹਾਪੈਕ ਤੇ ਹੁੰਦੀ ਹੈ, ਟੈਸਟ ਸੀਰੀਜ਼ ਤੇ ਹੁੰਦੀ ਹੈ ਡਬਲ ਵੈਲਿਡਿਟੀ, 1 ਸਾਲ ਦਾ, 2 ਸਾਲ ਦਾ ਜਾਂਦਾ, 2 ਵਾਲਾ 4 ਦਾ, 6 ਮਹੀਨੇ ਦਾ, 1 ਸਾਲ ਦਾ, ਉਹ ਡਬਲ ਵੈਲਿਡਿਟੀ ਹਜੇ ਵੀ ਚੱਲੀ ਹੋਈ ਹੈ। ਤੇ ਮਹਾਪੈਕ ਵਿੱਚ ਤੁਹਾਨੂੰ ਪਤਾ ਹੀ ਸਾਰੇ ਦੇ ਸਾਰੇ ਪੇਪਰ, ਮਟੀਰੀਅਲ, ਬੁੱਕਸ ਵਗੈਰਾ ਸਭ ਕੁਝ ਇਨਕਲੂਡਡ ਹੁੰਦਾ ਆਉਣ ਵਾਲੇ ਪੇਪਰ ਤੇ ਪਿਛਲੇ ਵੀ, ਤਾਂ ਉਹ ਵੀ ਤੁਸੀਂ ਇਨਵੈਸਟ ਕਰ ਸਕਦੇ ਹੋ। ਕੋਡ ਯੂਜ਼ ਕਰਨਾ ਪੈਣਾ ਤੁਹਾਨੂੰ Y383 Y383। ਚਲੋ ਪਹਿਲੇ ਸਵਾਲ ਵੱਲ ਚੱਲਦੇ ਆ। ਤਾਂ ਜੀ INS ਖੁਕਰੀ ਵਿਲ ਬੀ ਡੀਕਮਿਸ਼ਨਡ ਐਂਡ ਟਰਨਡ ਇਨਟੂ ਅ ਮਿਊਜ਼ੀਅਮ ਐਟ। ਤਾਂ ਜੀ INS ਖੁਕਰੀ ਨੂੰ ਬੰਦ ਕਰਕੇ ਅਜਾਇਬ ਘਰ ਵਿੱਚ ਬਦਲ ਦਿੱਤਾ ਜਾਏਗਾ, ਕਿੱਥੇ? ਦਮਨ, ਦਿਊ, ਪੁਡੂਚੇਰੀ ਜਾਂ ਫਿਰ ਲਕਸ਼ਦੀਪ? ਦੱਸੋ, ਦਮਨ, ਦਿਊ, ਪੁਡੂਚੇਰੀ ਜਾਂ ਫਿਰ ਲਕਸ਼ਦੀਪ? ਸਰ PDF YouTube ਤੇ ਅਪਲੋਡ ਕਰ ਦਿਆ ਕਰੋ। ਰਮਨ ਕੌਰ, PDF ਤਾਂ YouTube ਤੇ ਹੀ ਅਪਲੋਡ ਹੁੰਦੀ ਹੈ, ਹੋਰ ਕਿੱਥੇ ਹੁੰਦੀ ਹੈ? ਦੱਸੋ, ਦਮਨ, ਦਿਊ, ਪੁਡੂਚੇਰੀ ਜਾਂ ਫਿਰ ਲਕਸ਼ਦੀਪ? ਹਾਂਜੀ ਬਿਲਕੁਲ ਠੀਕ ਆਂਸਰ ਆ ਰਹੇ ਨੇ। ਆਂਸਰ ਹੋ ਜਾਂਦਾ ਤਾਂ ਦਿਊ, ਦਿਊ ਵਿੱਚ ਕਨਵਰਟ ਹੋ ਜੂਗੀ INS ਖੁਕਰੀ। ਪਿਛਲੇ ਸਾਲ ਦਸੰਬਰ ਵਿੱਚ ਇਹਨੂੰ ਡੀਕਮਿਸ਼ਨ ਕਰਤਾ ਸੀ, ਹੈ ਨਾ। ਚਲੋ ਆ ਕੀ ਹੋ ਗਿਆ ਇਹਨੂੰ? ਇਹ ਤਾਂ ਠੀਕ ਲੱਗ ਰਹੀ ਹੈ, ਆ ਬਿਜਲੀ ਨਹੀਂ ਚਮਕਣ ਲੱਗੀ ਮੇਰੇ ਮਗਰ, ਹੈ ਨਾ। ਚਲੋ, ਜੀਓ ਨੇ ਟਾਈ ਅਪ ਕੀਤਾ ਕਿਹੜੀ ਯੂਨੀਵਰਸਿਟੀ ਆਫ ਉੱਲੂ ਨਾਲ ਟੂ ਐਕਸਲਰੇਟ 6G ਰਿਸਰਚ? ਤਾਂ ਜੀ ਜੀਓ, ਜਿਹੜੇ ਰਿਲਾਇੰਸ ਜੀਓ ਵਾਲਿਆਂ ਨੇ, ਉਹਨਾਂ ਨੇ ਟਾਈ ਅਪ ਕੀਤਾ ਕਿਸੇ ਯੂਨੀਵਰਸਿਟੀ ਆਫ ਉੱਲੂ ਨਾਲ 6G ਰਿਸਰਚ ਨੂੰ ਹੋਰ ਤੇਜ਼ ਕਰਨ ਲੱਗੇ ਨੇ, 6G ਰਿਸਰਚ ਨੂੰ ਹੋਰ ਐਕਸਲਰੇਟ ਕਰਨ ਲੱਗ ਰਹੇ ਨੇ। ਤਾਂ ਜੀ ਦੱਸੋ, ਕਿੱਥੇ ਕਿੱਥੋਂ ਦੀ ਹੈ ਉੱਲੂ ਯੂਨੀਵਰਸਿਟੀ? ਸਵੀਡਨ ਦੀ, ਗ੍ਰੀਨਲੈਂਡ ਦੀ, ਆਈਸਲੈਂਡ ਦੀ ਜਾਂ ਫਿਰ ਫਿਨਲੈਂਡ ਦੀ? ਸਵੀਡਨ ਦੀ, ਗ੍ਰੀਨਲੈਂਡ ਦੀ, ਆਈਸਲੈਂਡ ਦੀ ਜਾਂ ਫਿਰ ਫਿਨਲੈਂਡ ਦੀ? ਤਾਂ ਸਾਰਿਆਂ ਨੇ ਪਹਿਲਾਂ ਹੀ ਆਂਸਰ ਕਰਤਾ ਫਿਨਲੈਂਡ ਦੀ, ਤੇ ਬਿਲਕੁਲ ਠੀਕ ਹੋ ਜਾਂਦੇ ਆਂਸਰ। ਧਿਆਨ ਰੱਖਣਾ ਹੈ ਜੀਓ ਨੇ ਫਿਨਲੈਂਡ ਨਾਲ ਕੀਤਾ। ਤੇ ਹੁਣੇ ਹੁਣੇ ਕਹਿੰਦੇ ਗੂਗਲ ਨੇ ਏਅਰਟੈਲ ਵਿੱਚ ਵੀ ਕਹਿੰਦੇ ਕਾਫੀ ਇਨਵੈਸਟਮੈਂਟ ਕੀਤੀ ਹੈ, ਮੈਨੂੰ ਧਿਆਨ ਨਹੀਂ ਆ ਰਿਹਾ। ਮੈਂ ਉਹਦੀ ਫੋਟੋ ਖਿੱਚੀ ਸੀ, ਮੈਂ ਸੋਚਿਆ ਤੁਹਾਨੂੰ ਕਲਾਸ 'ਚ ਕਰਾਊਂਗਾ, ਤੇ ਹੁਣ ਜਾ ਕੇ ਮੈਨੂੰ ਯਾਦ ਆਈ ਉਹ ਚੀਜ਼, ਤੇ ਇੱਕ ਵਾਰ ਤੁਹਾਨੂੰ ਦੱਸ ਹੀ ਦਿੰਦਾ ਮੈਂ। ਗੂਗਲ ਜਿਹੜਾ ਹੈ, ਗੂਗਲ ਤੁਹਾਨੂੰ ਪਤਾ, ਗੂਗਲ ਗੂਗਲ $1 ਬਿਲੀਅਨ ਇਨਵੈਸਟ ਕਰ ਰਿਹਾ। ਕਾਹਦੇ ਵਿੱਚ? ਏਅਰਟੈਲ ਵਿੱਚ ਇਨਵੈਸਟ ਕਰ ਰਿਹਾ ਗੂਗਲ। ਇਹ ਵੀ ਤੁਹਾਡੇ ਕੋਲ ਸਵਾਲ ਆ ਸਕਦਾ, ਮੈਂ ਅੱਜ ਕਰਾਉਣਾ ਭੁੱਲ ਗਿਆ, ਲਿਖਣਾ ਸੀ ਮੈਂ। ਇੱਕ ਤਾਂ ਗੂਗਲ $1 ਬਿਲੀਅਨ ਇਨਵੈਸਟ ਕਰ ਰਿਹਾ ਹੈ, ਕਿਹਦੇ ਵਿੱਚ? ਏਅਰਟੈਲ ਵਿੱਚ ਇਨਵੈਸਟ ਕਰ ਰਿਹਾ। ਪਤਾ ਨਹੀਂ ਕੀ ਕਰਨ ਜਾ ਰਹੇ ਨੇ, $1 ਬਿਲੀਅਨ। ਇਹਦਾ ਅੰਤਰ ਕੀ ਹੋ ਜਾਊਗਾ?
ਸਾਰਿਆਂ ਨੇ ਗਾ ਪਾਤਾ, ਇਹਦਾ ਆਂਸਰ ਹੋ ਜਾਂਦਾ ਜੀ ਗੌਰਵ ਖੰਨਾ ਹੋ ਜਾਂਦਾ। ਚੰਚਲ ਕੁਮਾਰ ਕੌਣ ਬਣੇ ਨੇ? ਉਹਨੇ ਉਹਨੇ NHIDCA ਜਿਹੜੇ ਨੈਸ਼ਨਲ ਹਾਈਵੇ ਵਾਲਾ ਸੀ ਉਹਦੇ ਬਣੇ ਨੇ। ਵਿਕਰਮ ਦੇਵਦੱਤ ਏਅਰ ਇੰਡੀਆ ਦੇ ਸਰਕਾਰੀ ਜਿਹੜੇ ਸਰਕਾਰੀ ਅਪੁਆਇੰਟ ਕੀਤੇ ਸੀ ਲਾਸਟ ਜਿਹੜੇ MD CEO ਬਣੇ ਨੇ ਉਹ ਸੀਗੇ ਇਹ। ਸਾਰਾ ਭੁੱਲ ਗਿਆ ਨਾ। ਦਿਲੀਪ ਸੰਘਾਣੀ ਕੌਣ ਨੇ? ਦਿਲੀਪ ਸੰਘਾਣੀ ਇਫਕੋ ਦੇ ਬਣੇ ਨੇ, ਯਾਦ ਨੀ? ਇਹ ਮੈਂ ਤਾਂ ਹੀ ਦਿੱਤੇ ਨੇ ਸਵਾਲ, ਮੈਨੂੰ ਪਤਾ ਤੇ ਸਾਰਿਆਂ ਨੇ ਗਾਹ ਪਾਤਾ। ਗੌਰਵ ਖੰਨਾ ਕੀਤਾ ਆਂਸਰ, ਬਟ ਇੱਕ ਦੋ ਨੇ ਮੈਂ ਦੇਖਿਆ ਚੰਚਲ ਕੁਮਾਰ ਵੀ ਕੀਤਾ ਆਂਸਰ। ਤਾਂ ਜੀ ਧਿਆਨ ਰੱਖਣਾ ਹੈ ਨਾ ਆਂਸਰ ਦਾ। ਚਲੋ, ਲਦਾਖ ਦੀ ਟੀਮ ਜਿੱਤ ਚੁੱਕੀ ਹੈ ਵੁਮੈਨ ਨੈਸ਼ਨਲ ਆਈਸ ਹਾਕੀ ਚੈਂਪੀਅਨਸ਼ਿਪ 2022 ਜਿਹੜੀ ਕਿ ਹੋ ਰਹੀ ਸੀਗੀ ਕਾਲਾ ਵਿੱਚ ਹੋਈ ਸੀ। ਕਿ ਹਾਂਜੀ, ਇਹ ਕਿਹੜਾ ਐਡੀਸ਼ਨ ਸੀਗਾ? 8ਵਾਂ ਸੀ, 9ਵਾਂ ਸੀ, 10ਵਾਂ ਸੀ ਜਾਂ ਫਿਰ 11ਵਾਂ ਐਡੀਸ਼ਨ ਸੀ? ਕਿਹੜਾ ਐਡੀਸ਼ਨ ਸੀਗਾ ਇਹ? 8th, 9th, 10th ਜਾਂ ਫਿਰ 11th? ਤਾਂ ਵੀਡੀਓ ਨਹੀਂ ਠੀਕ ਲੱਗ ਰਹੀ ਬੰਦੇ। ਤਾਂ ਜੀ ਇਹਦਾ ਆਂਸਰ ਹੋ ਜਾਂਦਾ 9th ਐਡੀਸ਼ਨ ਸੀਗਾ, 9ਵਾਂ ਐਡੀਸ਼ਨ ਸੀਗਾ ਇਹ। ਠੀਕ ਹੈ, ਚਲੋ। ਇਹ ਆਈਸ ਹੋਕੀ ਐਸੋਸੀਏਸ਼ਨ ਬਾਰੇ ਇਹ ਯਾਦ ਰੱਖਣਾ, ਸੁਰਿੰਦਰ ਮੋਹਨ ਬਾਲੀ ਬਾਈ ਜੀ ਦਾ ਨਾਂ ਯਾਦ ਰੱਖਣਾ। ਸੁਰਿੰਦਰ ਮੋਹਨ ਬਾਲੀ 1989, ਇਹ ਚੀਜ਼ ਯਾਦ ਰੱਖਣੀ ਹੈ। ਠੀਕ ਹੈ ਜੀ, ਸੁਰਿੰਦਰ ਮੋਹਨ ਬਾਲੀ 1989, ਇਹ ਚੀਜ਼ ਆਪਾਂ ਨੇ ਯਾਦ ਰੱਖਣੀ ਹੈ। ਕੋਮਾ ਨਹੀਂ ਸੈੱਟ ਹੋ ਰਿਹਾ। ਚਲੋ, ਹਾਊ ਮੈਨੀ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜਿਹੜੇ ਕਿ 1996 ਵਿੱਚ ਕੰਸਟੀਟਿਊਟ ਕੀਤੇ ਗਏ ਸੀ, ਇਹ ਕਿੰਨੇ ਦਿੱਤੇ ਗਏ ਇਸ ਵਾਰੀ 2022 ਵਿੱਚ? ਕਿੰਨੇ ਅਵਾਰਡ ਦਿੱਤੇ ਨੇ? 27 ਦਿੱਤੇ ਨੇ, 28 ਦਿੱਤੇ ਨੇ, 29 ਦਿੱਤੇ ਨੇ ਜਾਂ ਫਿਰ 30 ਅਵਾਰਡ ਦਿੱਤੇ ਨੇ ਇਸ ਵਾਰ? ਦੱਸੋ ਜੀ, 27, 28, 29 ਜਾਂ ਫਿਰ 30 ਅਵਾਰਡ ਆਏ ਨੇ ਇਸ ਵਾਰੀ? ਤਾਂ ਜੀ ਆਂਸਰ ਹੋ ਜਾਂਦਾ 29 ਅਵਾਰਡ ਹੋ ਜਾਂਦਾ। ਤੇ ਹੁਣ ਤੱਕ ਮੈਂ ਕਿਸੇ ਨੂੰ ਕਿਹਾ ਨਹੀਂ ਸੀ, ਤੇ ਹੁਣ ਜਾ ਕੇ ਇੱਕ ਵਾਰੀ ਸਾਰੇ ਜਣੇ ਅੱਛੇ ਅੱਛੇ ਬੱਚੇ ਬਣ ਕੇ ਇੱਕ ਵਾਰ ਸੈਸ਼ਨ ਨੂੰ ਲਾਈਕ ਕਰ ਦੋ। ਕੀ ਕਰ ਦੋ? ਲਾਈਕ ਕਰ ਦੋ, ਜਿਹਨਾਂ ਜਿਹਨਾਂ ਨੇ ਨਹੀਂ ਕੀਤਾ। ਮੈਨੂੰ ਪਤਾ ਜਦੋਂ ਤੱਕ ਕਹੋ ਨਾ ਆਪਾਂ ਕਰਨਾ ਨਹੀਂ ਹੁੰਦਾ ਲਾਈਕ, ਹੈ ਨਾ। ਕਹਿੰਦੇ ਸਰ ਲਾਈਕ ਕਿਉਂ ਕਰੀਏ ਸਰ, ਹੁੰਦਾ ਕੀ ਹੈ? ਦੇਖੋ, ਯੂਟਿਊਬ ਤੇ ਪੜ੍ਹਾ ਰਹੇ ਅਸੀਂ, ਹੈ ਨਾ। ਯੂਟਿਊਬ ਤੇ ਲਾਈਕ ਲੁਈ ਕੀ ਤੁਸੀਂ ਦੇਖ ਦਿੰਦੇ, ਲਾਈਕ ਹੋ ਗਿਆ, ਹੈ ਨਾ। ਸ਼ੇਅਰ ਕਰ ਦੋ ਕਿਸੇ ਨਾਲ, ਉਹਨੂੰ ਪਤਾ ਲੱਗ ਜਾਂਦਾ ਵੀ ਅੱਛਾ ਕਲਾਸ ਕਲੂਸ ਚੱਲ ਰਹੀ ਹੈ। ਕਿਉਂਕਿ ਕਈਆਂ ਨੂੰ ਹਜੇ ਤੱਕ ਮੈਂ ਦੇਖਿਆ ਪਤਾ ਹੀ ਨਹੀਂ ਕਿ ਪੰਜਾਬ ਅੱਡਾ 24/7 ਤੇ ਪੰਜਾਬੀ ਵਿੱਚ ਤੁਹਾਨੂੰ ਕਰੰਟ ਅਫੇਅਰ ਕਰਾਏ ਜਾਂਦੇ ਨੇ। ਤਾਂ ਇਹ ਵੀ ਸਾਰਿਆਂ ਨੂੰ ਦੱਸੋ, ਤੁਸੀਂ ਲਾਈਕ ਕਰ ਦੋ ਇੱਕ ਸੈਸ਼ਨ ਨੂੰ। ਇਹ ਧਿਆਨ ਰੱਖਣਾ, ਇਹ ਪੰਜਾਬ ਤੋਂ ਕਿਹੜਾ ਨਾਂ ਆਉਂਦਾ? ਪੰਜਾਬ ਤੋਂ ਨਾਂ ਆਉਂਦਾ ਬਾਈ ਜੀ ਦਾ ਮਿਧਾਂਸ਼ ਕੁਮਾਰ ਗੁਪਤਾ, ਇਹਨੂੰ ਮਿਲਿਆ ਸੋਸ਼ਲ ਸਰਵਿਸ ਲਈ। ਠੀਕ ਹੈ, ਮਿਧਾਂਸ਼ ਕੁਮਾਰ ਗੁਪਤਾ, ਤੇ ਮਿਨਿਸਟਰੀ ਆਫ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਇਹ ਕਰਦੀ ਹੈ, ਸਮ੍ਰਿਤੀ ਜ਼ੁਬਿਨ ਇਰਾਨੀ ਜੀ ਦੀ ਮਿਨਿਸਟਰ ਹੋ ਜਾਂਦੀ ਹੈ। ਠੀਕ ਹੈ, ਚਲੋ। ਤਾਂ ਜੀ ਓਲੰਪੀਅਨ ਨੀਰਜ ਚੋਪੜਾ ਨੂੰ ਆਨਰ ਕੀਤਾ ਗਿਆ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ। ਤਾਂ ਜੀ ਇਹ ਕਿਹੜੇ ਰੈਜੀਮੈਂਟ ਤੋਂ ਬਿਲੋਂਗ ਕਰਦੇ ਨੇ? ਹਲੋ, ਆਪਣੇ ਆਪ ਹੀ ਆ ਗਿਆ। ਤਾਂ ਇਹ 4 ਰਾਜਪੂਤ ਆਨਰ ਰਾਈਫਲਸ ਨੂੰ ਬਿਲੋਂਗ ਕਰਦੇ ਨੇ, ਤੁਸੀਂ ਧਿਆਨ ਰੱਖਣਾ। ਇਹਨਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਮਿਲਿਆ, ਇਹ ਤੋਂ ਪਹਿਲਾਂ ਇਹਨਾਂ ਨੂੰ ਅਤਿ ਵਿਸ਼ਿਸ਼ਟ, ਹੈ ਨਾ, ਅਤਿ ਵਿਸ਼ਿਸ਼ਟ ਨਹੀਂ, ਇਹ ਤਾਂ ਪਹਿਲਾਂ ਇਹਨਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕਾ ਸੀ 2020 ਵਿੱਚ, ਅਰਜੁਨਾ ਅਵਾਰਡ ਮਿਲ ਚੁੱਕਾ 2018 ਵਿੱਚ, ਤੇ ਹੁਣੇ ਹੁਣੇ 2022 ਵਿੱਚ ਇਹਨਾਂ ਨੂੰ ਮਿਲਿਆ ਹੈ ਪਦਮ ਸ਼੍ਰੀ ਅਵਾਰਡ ਵੀ ਦਿੱਤਾ, ਹੈ ਨਾ। ਹਾਂ, ਪਦਮ ਸ਼੍ਰੀ ਅਵਾਰਡ ਵੀ ਦਿੱਤਾ ਇਸ ਵਾਰ ਇਹਨਾਂ ਨੂੰ। ਚਲੋ, ਤਾਂ ਜੀ ਪ੍ਰੈਜੀਡੈਂਟ ਰਾਮਨਾਥ ਕੋਵਿੰਦ ਨੇ ਆਨਰ ਕੀਤਾ 384 ਡਿਫੈਂਸ ਪਰਸੋਨਲ ਨੂੰ ਵਿਦ ਗੈਲੰਟਰੀ ਐਂਡ ਅਦਰ ਅਵਾਰਡ ਐਟ ਦਾ ਰਾਸ਼ਟਰਪਤੀ ਭਵਨ। ਤਾਂ ਜੀ ਇਹਨਾਂ ਵਿੱਚ ਸ਼ੌਰਿਆ ਚੱਕਰ ਕਿੰਨੇ ਸੀਗੇ? ਤਾਂ ਮੈਂ ਤੁਹਾਨੂੰ ਦੱਸਿਆ ਸੀ ਯਾਦ ਨਹੀਂ ਕਰਨੇ, ਘੱਟੋ ਘੱਟ ਨੰਬਰ ਯਾਦ ਕਰਕੇ ਜਾਣੇ ਸੀ। ਤਾਂ ਦੱਸੋ ਮੈਨੂੰ ਸ਼ੌਰਿਆ ਚੱਕਰ ਕਿੰਨੇ ਸੀਗੇ? 12 ਸੀਗੇ, 29 ਸੀਗੇ, 4 ਸੀਗੇ ਜਾਂ ਫਿਰ 53 ਸੀਗੇ? ਕਿੰਨੇ ਸੀਗੇ ਸ਼ੌਰਿਆ ਚੱਕਰ? ਹਾਂਜੀ ਇਹਦਾ ਆਂਸਰ ਹੋ ਜਾਂਦਾ ਹੈ 12 ਸੀਗੇ ਸ਼ੌਰਿਆ ਚੱਕਰ, ਹੈ ਨਾ। ਲੇਟ ਆ ਰਹੇ ਨੇ ਆਂਸਰ ਥੋੜੇ ਥੋੜੇ, ਸੋਚ ਕੇ ਕਰ ਰਹੇ ਹੋ, ਕੀ ਕਰ ਰਹੇ ਹੋ? ਲੇਟ ਤਾਂ ਆ ਹੀ ਰਹੇ ਨੇ, ਉਹ ਤਾਂ ਅੱਡ ਗੱਲ ਹੈ, ਬਟ ਘੱਟ ਆ ਰਹੇ ਨੇ। ਬਸ ਆਹੀ 15-20 ਬੱਚਾ ਆਂਸਰ ਕਰਦਾ, 60 ਬੱਚਾ ਆਉਂਦਾ ਹੁੰਦਾ, ਤੇ ਆਂਸਰ ਬਹੁਤ ਹੀ 15-20 ਦਾ ਆ ਰਿਹਾ। ਤਾਂ ਇਹ ਧਿਆਨ ਰੱਖਣਾ 12 ਨੇ, ਇਹ ਸਾਰੇ ਯਾਦ ਰੱਖਣੇ ਨੇ। 12 ਸ਼ੌਰਿਆ ਚੱਕਰ ਨੇ, ਸਾਰੇ ਨੇ ਯਾਦ ਰੱਖਣੇ, ਸੋਰੀ, 12 ਸ਼ੌਰਿਆ ਚੱਕਰ, 29 ਪਰਮ ਵਿਸ਼ਿਸ਼ ਸੇਵਾ ਮੈਡਲ ਕਿਉਂਕਿ ਇਹ ਨੀਰਜ ਚੋਪੜਾ ਨੂੰ ਮਿਲੇ ਤਾਂ ਯਾਦ ਰੱਖਣਾ ਪੈਣਾ, 4 ਉੱਤਮ ਯੁੱਧ ਸੇਵਾ ਮੈਡਲ, 53 ਅਤਿ ਵਿਸ਼ਿਸ਼ਟ, 13 ਯੁੱਧ ਸੇਵਾ। ਠੀਕ ਹੈ ਜੀ, ਓਹੋ, ਚਲੋ। ਤਾਂ ਜੀ ਵੈਨ ਵਰ ਪਦਮ ਅਵਾਰਡ ਸਬਸੀਕੁਐਂਟਲੀ ਰੀਨੇਮਡ ਐਜ਼ ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ਼੍ਰੀ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਾਰਤ ਰਤਨਾ ਤੇ ਪਹਿਲਾਂ ਸਿਰਫ ਪਦਮ ਵਿਭੂਸ਼ਣ ਅਵਾਰਡ ਨਿਕਲੇ ਸੀ, ਉਸਦੇ ਵਿੱਚ ਪਹਿਲਾ ਵਰਗ, ਦੂਜਾ ਵਰਗ, ਤੀਸਰਾ ਵਰਗ ਏਦਾਂ ਕਰਤਾ ਸੀ। ਫਿਰ ਇਹ ਰੀਨੇਮ ਕਦੋਂ ਕੀਤੇ ਪਦਮ ਵਿਭੂਸ਼ਣ ਭੂਸ਼ਣ ਤੇ ਸ਼੍ਰੀ ਵਿੱਚ? 53, 54, 55, 56? ਕਦੋਂ ਰੀਨੇਮ ਕੀਤੇ ਗਏ? 53, 54, 55 ਜਾਂ ਫਿਰ 56 ਵਿੱਚ ਰੀਨੇਮ ਕੀਤੇ ਗਏ? ਕਰਤਾ ਕੰਮ ਉਹੀ, ਹੈ ਨਾ,
कल यही गल कही थी मैं, ध्यान दो थोड़ा जना, ध्यान दो रीनेम कदों हुई सी, बने कदों सी। तां जी गलत आंसर देता तुसी सारे ने, 55 विच रीनेम हो गए सीगे ये, भारत रत्न ते पद्म विभूषण बन गए सी 1954 विच बन गए सी। 55 विच विभूषण भूषण ते पद्म श्री इन्हां दे नां रखते सी, पहला पहला वर्ग, दूसरा वर्ग, तीसरा वर्ग सीगा, 55 विच चेंज हो गया सीगे। एक ए ऑर्डर ऑफ प्रेसिडेंट तुसी याद रखना है, हाईएस्ट सिविलियन मेडल भारत रत्न है, सैकेंड हाईएस्ट भूषण विभूषण है सॉरी, तीजा हाईएस्ट भूषण है, ते फोर्थ हाईएस्ट हो जाता है पद्म श्री, जेडे सिविलियन मेडल थे। एक अवार्ड के ने, ए चारे ने सिविलियन अवार्ड। ते वैसे जे आप आर्मी वाले गैलेंट्री अवार्ड भी आप मिक्स कर दिए, सब तो उत्ते फिर भी भारत रत्न है, दूजे नंबर से परमवीर चक्र, फिर अशोक चक्र, फिर पद्म विभूषण ते भूषण। तो अटलीस्ट पहले जेडे पांच ने ए तुसी याद रखने ने, भारत रत्न, परमवीर चक्र, अशोक चक्र, पद्म विभूषण ते भूषण, ठीक है, ये ध्यान रखियो। 54 विच बने सीगे, 55 विच इन्हां नू रीनेम हो गया सी। चलो जी, तां जी सवाई गांधर्व म्यूजिक फेस्टिवल, इन्हू कहा जांदा टॉप बिल्ड इवेंट इन द क्लासिकल म्यूजिक वर्ल्ड, ये कित्थे हुंदा है, बैंगलोर विच, मुंबई विच, नाशिक विच, या फिर पुणे विच। बैंगलोर, मुंबई, नाशिक या फिर पुणे, कित्थे हुंदा है? मैं तुहानू दस दिए, ये मिस प्रभात्रे बारे है, उही जिहड़ी प्रभात्रे जिन्हां नू किहड़ा पद्म विभूषण अवार्ड मिला, केड़े किराना घराना तो बिलोंग करती है, किराना घराना तो बिलोंग करती है ना। वर्ल्ड रिकॉर्ड इन्हां दे नाते 11 जिहड़ी बुक्स थी म्यूजिक तो इंडियन हेरिटेज सेंटर दिल्ली तो इन्हां ने लॉन्च की सी। तो यह कुछ गल्लां याद रखनी है, तो इत्थे हर साल परफॉर्म करते हैं सवाई गांधर्व म्यूजिक फेस्टिवल, यह हुंदा है पुणे विच, ठीक है जी, यह हुंदा है पुणे विच, ध्यान रखना है। दूजा सवाल, व्हेन डिड श्री राधेश्याम खेमका एस्टैब्लिश अ वेद विद्यालय इन वाराणसी फॉर चिल्ड्रन इन द एज ग्रुप ऑफ 8 to 12 ईयर। तां जी राधेश्याम खेमका इन्हां नूं भी पद्म विभूषण अवार्ड मिलिया, ये किहड़े गीता प्रेस ट्रस्ट दे एडिटर ते प्रेजिडेंट रह चुके ने, गोरखपुर विच जिहड़ी प्रेस है, याद है तुहानूं कल आपां सारा कीता है डिटेल विच। तां दस्सो मैनूं इन्हां दा जिहड़ा वेद विद्यालय ये कदों इस्टैबलिश किया, 2001, 2 या फिर 3, कल आपां सारा डिटेल विच किया, जे किसी ने नहीं किया जिन्हें सॉरी पद्म अवार्ड्स करने से चज नाल, एक बार कल दी वीडियो जरूर देखे, 20 जनवरी दी वीडियो जरूर देखे, आपां डिटेल विच कीते ने जिहड़े 4 पद्म विभूषण अवार्ड्स ने, ते पंजाब उत्ते तां आपां खासा जोर दित्ता है। तां इहदा आंसर हो जांदा है 2002, तुक्के चल रहे ने, कोई गल नहीं, मैं वार वार कहना तुक्के मारो, कोई गल नहीं, जिन्ने मारने मारो, बस पेपर विच ध्यान रखो, ते बस क्लासां देखो, डोज लाओ, कल दी लाली क्लास, अज दी लाली क्लास, वीकली भी थोड़ी रिविजन हो जाऊगी, मंथली भी थोड़ी चौथी बार रिविजन हो जाऊगी, सिर्फ 1 घंटे की क्लास लागे थोड़ियां 4 रिविजन हो रही है, होर दसो की भाल दे पता करो। चलो, तां जी व्हेन वाज द गीता प्रेस एस्टैब्लिश्ड बाय जयदयाल गोयनका एंड घनश्याम दास जलान इन गोरखपुर। तां जी एक तो फाउंडर ने जयदयाल गोयनका एंड घनश्याम दास जलान गोरखपुर विच बेस्ड है गीता प्रेस, ये वर्ल्ड की सब तो वड्डी प्रेस है जिहड़ी कि हिंदू स्क्रिप्चर्स पबलिश करती है, रिलीजियस टैक्सट ते स्क्रिप्चर्स। तां दसो मैनूं कदों बनी सी, 21, 22, 23 या फिर 24 विच? हां जी, तो जी वधिया लग रहा सैशन नाल नाल एक छोटा जिहा ना लाइक भी कर दे करो, अंगूठा जिहा बणिया हुंदा ना उहनूं ऐ बस हल्का जिहा टैप कर दे करो, लाइक लूइक करन नाल उही गल फिर तुसीं कहोगे सर क्या लाइक 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 होई है। देखो यूट्यूब ते पढ़ाते हैं, यूट्यूब ते थोड़ा जिहा लाइक दा ही हुंदा, मैनूं पता लग जांदा भी ठीक है यार आपां थोड़ा जिहा ठीक तां कर रहे हैं। इहदा आंसर बिल्कुल ठीक कीता सारिआं ने, 1923। एक बार 2 सैकंड कट के लाइक कर दो सारे सैशन नूं, मैं भी कर देना, मैं नहीं कीता सी हुण तक क्योंकि मैं तां उही गल थोड़े कमेंट कमुंट पढ़न लग्गा, ये मैं लाइक करता। हुण देखो साडे कोल लाइक ने, साडे कोल 73 लाइक ने, सिर्फ 53 यार, घटो घट लाइक इज इक्वल टू लाइव तो कर दो, मैं तो पहला भी कह लाइक इज इक्वल टू लाइव तो कर दो, लोगों के लाइक ज्यादा होंगे लाइव तो, साडे तो इक्वल टू नहीं हो रहे, इक्वल टू कर दो। चलो, तां जी जनरल बिपिन रावत बने सीगे पहले चीफ ऑफ डिफेंस स्टाफ, बने 26वें चीफ ऑफ आर्मी स्टाफ बने सीगे, ते केड़े नंबर ते वाइस चीफ ऑफ आर्मी स्टाफ बने सीगे दसो? ये मैं कहा सी तीन ने थोनू याद करने पैने, पहले ते इकलौते डिफेंस ऑफ चीफ ऑफ डिफेंस स्टाफ, 26 चीफ ऑफ आर्मी स्टाफ जिन्हों आप आर्मी चीफ कहते हैं, ते वाइस आर्मी चीफ, वाइस चीफ ऑफ आर्मी स्टाफ, ये केड़े नंबर वाले बने थे? 34, 35, 36 या फिर 37 दसो? अच्छा पता कल ही करता सी जी, लाइक है बाजी, धन्यवाद हरविंदर भाजी। हाँ दसो, 34, 35, 36 या फिर 37? ये मैं तीन कहे थे याद करने, तुसी चीफ ऑफ डिफेंस स्टाफ पहले, आर्मी स्टाफ 26वें, वाइस चीफ ऑफ आर्मी साहब 37 बने सीगे। अच्छा कितना नहीं, 37 है जी आंसर इहदा, के 35 है आंसर इहदा, मैं आंसर मार्क नहीं किया दसो।
35 है या 37 है? हैं 37 था यार, क्यों तुसी गाला माड़ा किता, मैं एक बार कह भी दिता 37, 37 आंसर, 37, 37, 37 यार, 37 मैं तो पता 37 है, तुसी कही जाने 35, 35, 36। चलो कल्याण सिंह यूपी दे विच जिहड़े बीजेपी दे पहले सीएम सीगे, इन्हां ने राष्ट्रीय क्रांति पार्टी बनाई सी 1999 विच, ते एक बनाई इन्हां ने जन क्रांति पार्टी कहड़े साल विच, 2006, 7, 9 या फिर 10 विच? हाँ मैंने पता 37 है, मैंने तो पता, मैं तो थोनू गोल बना रहा, तुसी तो वैसे ही गलत किया होया सी। दसो 2006, 2007, 2009 या फिर 2010, कदों बनाई थी इन्होंने जन क्रांति पार्टी? 2006, 2007, 2009, 2010। तेजी जिन्ह ने क्लास लाई हुई है कल दी, उन्होंने आंसर ठीक हो रहे हैं, जेडे कोई नवा जुड़े उन्होंने दस दिए। अजे पहला 28 जनवरी के करंट अफेयर की रिविजन हो रही है, बस हम 5-7 मिनटों में आप 29 जनवरी के करंट अफेयर करा, आप रोज इदा ही करते हैं, अज के करंट अफेयर किए फिर कल उन्होंने पहले रिविजन, फिर परसों करते फिर उन्होंने पहले रिविजन, इदा तो यह आंसर 2010 ही हो जाएगा। कल्याण सिंह उत्तर प्रदेश के सीगे सीएम सीगे, दो बार रह चुके थे, जो तो बाबरी मर्जी डेमोल्यूशन हुई 92 में उदो यही सीगे, उस तो बाद इन्होंने रिजाइन करता से। जी गुरमीत बाबा वॉज नोन एज लंबी हेक दी मलिका एंड मेड द वर्ल्ड रिकॉर्ड ऑफ 45 सैकेंड लंबी हेक, लॉन्ग लॉग लिखता लंबी हेक इन तबिलसी। तो जी तबिलसी कैपिटल सिटी कितों की है? बोलीविया की, जॉर्जिया की, नाइजीरिया की या फिर लिथुआनिया की? गुरमीत बाबा जी बिलोंग करते गुरदासपुर, तो घर इन्हों का अमृतसर में है, सिंगर ने इन्हों पद्म भूषण अवार्ड मिले, सिर्फ एक पद्म भूषण अवार्ड मिले इस बार पंजाब नूं। तां जी इन्हों कहा जाता लंबी हेक की मलिका, इन्होंने 45 सैकेंड लंबी लें 45 सैकेंड लंबी हेक लाई थी तबिलसी में, एक फैसटिवल कितों कितों की कैपिटल है तबिलसी? तां जी जॉर्जिया बिल्कुल ठीक आंसर है, जिन्हें गलत हो रहा कोई गल नहीं रिकवर करांगे कल, फिर दोबारे कह देना कल की है, कल 10, कल संडे है, कल 10 बजे होगा थोड़ा करंट अफेयर का वीकली की रिविजन होगी, उस 60 के राउंड एमसीक्यूज होने। पिछली बार कह रहा नहीं कोई पूछ रहा सर 150 क्वेश्चन हो गए, मैंने नहीं पता थोड़ा 150 क्वेश्चन किने कहा, मैं कहा मैं 50-60 क्वेश्चन थोड़े लिए चुन के लियाऊंगा, टेस्ट का मतलब ही उही होंगे, जे मैं जिन्हें मान लो 100 क्वेश्चन कराए इस हफ्ते, 100 दे 100 थोड़ा दे दा, फिर वो टेस्ट नहीं होंगे, टेस्ट का मतलब ही होंगे, पेपर भी की थोड़ी पूरी किताब आ जाती थी, पेपर में गिने चुने सवाल आते थे ना, उही आप करते हैं, तो कल 7 क्वेश्चन आएंगे, बट पीडीएफ में थोड़ा सारे के सारे क्वेश्चन मिलेंगे, वो तुम टेंशन नहीं लेनी, ठीक है। चलो तांजी प्रेम सिंह ऑफ मोहाली वॉज गिवन पद्म श्री 2022 फॉर इज सोशल सर्विस फॉर अपलिफ्टमेंट ऑफ पेशेंट्स सर्विंग विद। तांजी मोहाली दे प्रेम सिंह नूं किस नाल पीड़ित मरीजों की भलाई लई समाज सेवा लई पद्म श्री 2022 दिता गया? टीबी लई, लेपरोसी लई, एड्स लई या फिर कैंसर लई? दसो मंथली टेस्ट था संजय सिंह, मंथ दे एंड विच होगा ना, फरवरी फर्स्ट वीक। अच्छा डीएसपी सी, हाँ वही मैं मैंने समझ नहीं आया, मैं तो 150 किने कहा थोनू मैं नहीं कह, मैं कहा 100-150 क्वेश्चन जेडे हफ्ते के होंगे ने वह पीडीएफ मिलने, वीडियो तो टेस्ट ही है थोड़ा, वो कला तो यह आंसर है लेपरोसी। थैंक गॉड किसी ने होर कुछ नहीं किया, ध्यान दिता हुआ सारे ने, ठीक है लेपरोसी आंसर हो जाता है, कोहड़ कहते हैं पंजाबी में, मैनू भी नहीं पता सी। ता ए तीन सीगे जिन्होंने मना किया, ए ना ध्यान रखने ने, आप कि ना ने, एक हो जाता संध्या मुखर्जी, एक बंगाली म्यूजिक लेजेंड ने, एक ने अनिंद्या चैटर्जी तबला, ते बुद्धा देव चैटर्जी, ये भी वेस्ट बंगाल के सीएम रह चुके हैं, सीपीआई मार्क्सिस्ट सीपीआई एम करके पार्टी है इन्होंने, इन्होंने दोनों ने पद्म श्री रिफ्यूज किया, संध्या मुखर्जी ते अनिंद्या चैटर्जी ने, ते बुद्धा देव भट्टाचार्जी ने तो पद्म भूषण ही रिजेक्ट करता, तो यह तीन याद रखने ने, इन्होंने मना करता, ठीक है जी। चलो हाँ जी सारे बंगाली ने। ताजी जियो ते भारत पेट्रोलियम ने एस्टैबलिश किया कंट्री का लार्जेस्ट इलैक्ट्रिक व्हीकल चार्जिंग हब, कित्थे किया? दिल्ली विच किया, दिल्ली की न्यू दिल्ली विच किया। ताजी विच प्राइवेट कंपनी इज द लार्जेस्ट फ्यूल रिटेलर इन इंडिया, इन इंडिया लिखना सी लिखा नहीं मैं, ताजी केड़ी प्राइवेट कंपनी है जिहड़ी की सब तो वड्डी लार्जेस्ट फ्यूल रिटेलर है, मतलब कि केड़ी फ्यूल रिटेलर जिहड़ी की प्राइवेट कंपनी जिहड़ी सब तो वड्डी है? दसो रिलायंस है, शैल है, नायरा है या फिर एस आर है? रिलायंस, शैल, नायरा या फिर एस आर? तुक्के मारन लगे इस क्वेश्चन ते आके तुसी, हैं
ਹਾਂਜੀ ਇਹਦਾ ਅੰਤਰ ਹੋ ਜਾਂਦਾ ਨਾਇਰਾ, ਨਾਇਰਾ ਬੈਕਡ ਬਾਈ ਰੋਸਨੈਫਟ, ਰੋਸਨੈਫਟ ਰਸ਼ੀਆ ਦੀ ਇੱਕ ਰਸ਼ੀਅਨ ਹੈ, ਰਸ਼ੀਅਨ ਕੰਪਨੀ ਹੈ ਉਹਨੂੰ ਇਹਨੂੰ ਬੈਕ ਕਰ ਰਹੀ ਹੈ। ਰਿਲਾਇੰਸ ਦੇ ਪੰਪ ਬਾਅਦ ਚ ਆਉਂਦੇ ਨੇ, ਨਾਇਰਾ ਸਭ ਤੋਂ ਜ਼ਿਆਦਾ, ਰੋਸਨੈਫਟ ਪ੍ਰਾਈਵੇਟ ਪਾਰਟ ਵਿੱਚ, ਪ੍ਰਾਈਵੇਟ ਵਿੱਚ ਹੈ ਨਾ। ਵੈਸੇ ਤਾਂ ਸਰਕਾਰੀ ਵਿੱਚ ਤਾਂ ਹੋਣਾ, ONGC IOC ਉਹ ਨਹੀਂ ਹਟਦੇ, ਪ੍ਰਾਈਵੇਟ ਦੀ ਗੱਲ ਹੋ ਰਹੀ ਹੈ। ਚਲੋ ਤਾਂ ਜੀ ਮੋਦੀ ਜੀ ਨੇ ਕੰਡਕਟ ਕੀਤੀ ਸਭ ਕਿਹੜੇ ਨੰਬਰ ਦੀ ਸਮਿਟ ਵਿਦ ਸੈਂਟਰਲ ਏਸ਼ੀਅਨ ਕੰਟਰੀਜ਼, ਪੰਜ ਕੰਟਰੀ ਜਿਹੜੀ ਕਜ਼ਾਕਿਸਤਾਨ, ਕਿਰਗਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਤੇ ਤਾਜਿਕਿਸਤਾਨ। ਤਾਂ ਇਹਨਾਂ ਨਾਲ ਕੀਤੀ ਕੀ ਕੀਤੀ ਇਹਨਾਂ ਨੇ ਸੈਂਟਰਲ ਏਸ਼ੀਅਨ ਸਮਿਟ ਕੀਤੀ। ਤਾਂ ਜੀ ਕਿਹੜੇ ਨੰਬਰ ਦੀ ਸਮਿਟ ਸੀਗੀ ਇਹ, ਪਹਿਲੀ ਸੀ, ਦੂਜੀ ਸੀ, ਤੀਜੀ ਸੀ ਜਾਂ ਫਿਰ ਚੌਥੀ ਸੀਗੀ, ਕਿਹੜੇ ਨੰਬਰ ਦੀ ਸਮਿਟ ਸੀਗੀ ਇਹ? ਦੱਸੋ ਜੀ, ਬਹੁਤ ਘੱਟ ਹੋ ਰਹੇ ਅੰਤ ਤੇ। ਕਮੈਂਟ ਕਰੋ ਯਾਰ ਜਿੰਨਾ ਕਰ ਸਕਦੇ ਹੋ, ਕਮੈਂਟ ਕਰਿਆ ਕਰੋ, ਡਰਦੇ ਕਿਉਂ, ਗਲਤ ਹੋ ਜਾਊਗਾ ਕੀ ਹੋ ਜਾਊਗਾ, ਘੱਟੋ ਘੱਟ ਅਗਲੀ ਵਾਰੀ ਯਾਦ ਤਾਂ ਰਹੂਗਾ। ਤਾਂ ਇਹਦਾ ਅੰਤਰ ਬਿਲਕੁਲ ਸਭ ਤੋਂ ਪਹਿਲਾ ਸਮਿਟ ਸੀਗਾ ਤੇ ਇਹਦੇ ਨਾਲ ਹੀ ਤੁਹਾਨੂੰ ਪਤਾ ਹੀ ਆਪਾਂ ਕਰ ਕੇ ਸਟ੍ਰੈਟੇਜੀ ਕਰ ਰਹੇ ਹਾਂ ਥੋੜਾ ਜਿਹਾ, ਅਫਗਾਨਿਸਤਾਨ ਤੇ ਗੱਲ ਗੁਲ ਕੀਤੀ ਇਹਨਾਂ ਨੇ, ਕਿਉਂਕਿ ਇੰਡੀਆ ਦੇ ਜਿਹੜੇ ਕਨੈਕਸ਼ਨ ਨੇ, ਲਿੰਕ ਨੇ, ਟਰਾਂਸਪੋਰਟ ਹੈ, ਕਨੈਕਟੀਵਿਟੀ ਥੋੜੀ ਘੱਟ ਹੈ ਜਿਹੜਾ ਸੈਂਟਰਲ ਏਸ਼ੀਆ ਨਾਲ ਹੈ। ਤਾਂ ਉਹਦੇ ਬਾਰੇ ਗੱਲਾਂ ਕੀਤੀਆਂ ਤੇ ਚਾਈਨਾ ਨੇ ਨਾਲ ਦੀ ਨਾਲ ਕਹਿਤਾ ਵੀ ਵਾਸਤੇ $500 million ਦੀ ਤੁਹਾਡੇ ਨਾਲ ਟ੍ਰੇਡ ਕਰਨ ਜਾ ਰਹੇ ਨੇ ਸੈਂਟਰਲ ਏਸ਼ੀਅਨ ਕੰਟਰੀਜ਼ ਨਾਲ। ਪਤਾ ਨਹੀਂ ਬਈ ਕੀ ਹੋ ਚੱਲ ਰਿਹਾ, ਕੀ ਬਣੂਗਾ ਅੱਗੇ। ਇਹਨੇ ਕੰਟਰੀਜ਼ ਯਾਦ ਰੱਖਣੀਆਂ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ ਤੇ ਕਿਰਗਿਸਤਾਨ। ਤੇ ਇਹ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਕਰੰਸੀ ਯਾਦ ਰੱਖਣੀ ਹੈ ਕਜ਼ਾਕਿਸਤਾਨ ਤੇ ਉਜ਼ਬੇਕਿਸਤਾਨ ਦੇ ਵਿੱਚ, ਤੇ ਕੈਸਪੀਅਨ ਸੀ ਦੇ ਚਾਰੇ ਪਾਸੇ ਕਿਹੜੀਆਂ ਕੰਟਰੀਜ਼ ਆਉਂਦੀਆਂ ਨੇ, ਕਿਰਤ ਕੰਟਰੀਜ਼ ਆਉਂਦੀਆਂ ਨੇ। ਕਿਰਤ ਦਾ ਮਤਲਬ ਕੀ ਹੋਗਾ, ਕਜ਼ਾਕਿਸਤਾਨ, ਇਰਾਨ, ਰਸ਼ੀਆ, ਅਜ਼ਰਬਾਈਜਾਨ ਤੇ ਤੁਰਕਮੇਨਿਸਤਾਨ, ਇਹ ਪੰਜ ਕੰਟਰੀਜ਼ ਨੇ। ਇਹ ਤੁਸੀਂ ਯਾਦ ਰੱਖਣੇ, ਸਿੱਧਾ ਸਿੱਧਾ ਕਈ ਵਾਰੀ ਸਵਾਲ ਆ ਜਾਂਦਾ ਵੀ ਕੈਸਪੀਅਨ ਸੀ ਦੇ ਨੇੜੇ ਜਿਹੜੇ ਕਿਹੜੀਆਂ ਕੰਟਰੀਜ਼ ਹੁੰਦੀਆਂ ਨੇ, ਇਹ ਬਹੁਤ ਫੇਮਸ ਕੁਐਸਚਨ ਹੁੰਦਾ ਇਹਨਾਂ ਦਾ। ਕਦੇ ਕੈਸਪੀਅਨ ਸੀ ਪੁੱਛ ਲੈਣਾ, ਕਦੇ ਮੈਡੀਟਰੇਨੀਅਨ ਸੀ, ਕਦੇ ਰੈੱਡ ਸੀ, ਇਹੋ ਜਿਹੇ ਸਵਾਲ ਹੁੰਦੇ ਨੇ। ਤਾਂ ਹੌਲੀ ਹੌਲੀ ਤੁਹਾਨੂੰ ਸਾਰੇ ਕਰਾ ਦੇਣੇ। ਅੱਜ ਅਰਲ ਸੀ ਹੋ ਗਿਆ ਕਜ਼ਾਕਿਸਤਾਨ ਤੇ ਉਜ਼ਬੇਕਿਸਤਾਨ, ਕੈਸਪੀਅਨ ਸੀ ਦੇ ਆਸੇ ਪਾਸੇ ਹੋ ਗਿਆ ਕਿਰਤ ਕੰਟਰੀ ਹੋ ਗਈ, ਅੱਗੇ ਵੀ ਏਦਾਂ ਹੀ ਯਾਦ ਰੱਖਣਾ, ਠੀਕ ਹੈ? ਕਰਾਤੀ ਕਰ ਲਓ, ਕਿਰਤ ਕਰ ਲਓ, ਤੁਹਾਡੀ ਮਰਜ਼ੀ ਹੈ, ਬਸ KRAI ਹੋਣੇ ਚਾਹੀਏ ਵਰਡ। ਚਲੋ ਇਹ ਇਹਨਾਂ ਦੇ ਜਿਹੜੇ ਮੈਂ ਦੱਸੇ ਤੁਹਾਨੂੰ ਕੱਲ, ਇਹਨਾਂ ਦੀ ਇਹ ਕੈਪੀਟਲ ਹੈ, ਇਹਨਾਂ ਦੀ ਕਰੰਸੀ, ਇਹਨਾਂ ਦੀ ਲੈਂਗੁਏਜ ਹੈ, ਤੇ ਇਹਨਾਂ ਦੇ PM ਪ੍ਰੈਜ਼ੀਡੈਂਟ ਹੈ। ਇਹ ਤੁਸੀਂ ਕਰ ਲੈਣੇ ਆ, ਮੈਂ ਦੁਬਾਰੇ ਨਹੀਂ ਪੜ੍ਹ ਕੇ ਦੱਸੂਗਾ, ਕੱਲ ਮੈਂ ਕਰਾ ਚੁੱਕਾ, ਤੁਹਾਨੂੰ ਸਮਾਨ ਦੇਤਾ, ਕਰ ਲਓ ਆ। ਤਾਂ ਜੀ ਹਾਕੀ ਲੈਜੈਂਡ ਚਰਨਜੀਤ ਸਿੰਘ ਇਹਨਾਂ ਦੀ ਡੈਥ ਹੋ ਗਈ, ਜਿਹਨਾਂ ਨੇ ਗੋਲਡ ਜਿੱਤਿਆ ਸੀ 1964 ਦੇ ਟੋਕਿਓ ਓਲੰਪਿਕਸ ਵਿੱਚ, ਪਾਕਿਸਤਾਨ ਨੂੰ ਹਰਾਇਆ ਸੀ ਇਹਨਾਂ ਨੇ ਫਾਈਨਲ ਵਿੱਚ। ਤਾਂ ਜੀ ਕਿਹੜੀ ਸਟੇਟ ਨੂੰ ਬਿਲੋਂਗ ਕਰਦੇ ਆ, ਪੰਜਾਬ ਨੂੰ, ਹਰਿਆਣਾ ਨੂੰ, ਹਿਮਾਚਲ ਨੂੰ ਜਾਂ ਫਿਰ ਜੰਮੂ ਐਂਡ ਕਸ਼ਮੀਰ ਨੂੰ? ਪੰਜਾਬ, ਹਰਿਆਣਾ, ਹਿਮਾਚਲ ਜਾਂ ਫਿਰ ਜੰਮੂ ਐਂਡ ਕਸ਼ਮੀਰ, ਦੱਸੋ। ਪੰਜਾਬ, ਹਰਿਆਣਾ, ਹਿਮਾਚਲ ਜਾਂ ਫਿਰ ਜੰਮੂ ਐਂਡ ਕਸ਼ਮੀਰ? ਪਹਿਲੇ ਤਿੰਨ ਆਂਸਰ ਹੈ, ਤਿੰਨੇ ਅੱਡ ਅੱਡ ਹੈ, ਪੰਜਾਬ, ਹਿਮਾਚਲ, ਹਰਿਆਣਾ, ਠੀਕ ਹੈ? ਤਾਂ ਜੀ ਇੱਥੇ ਆਂਸਰ ਹੋ ਜਾਂਦਾ ਹਿਮਾਚਲ, ਹਿਮਾਚਲ ਦੇ ਉਨਾ ਤੋਂ ਬਿਲੋਂਗ ਕਰਦੇ ਸੀਗੇ ਇਹ। ਧਿਆਨ ਰੱਖਣਾ ਚਰਨਜੀਤ ਸਿੰਘ, ਇਹਨਾਂ ਬਾਰੇ ਇਹ ਤਿੰਨ ਗੱਲਾਂ ਸੀਗੀਆਂ ਇਹਨਾਂ ਨੂੰ। ਉਹ ਪੈਨਿਕ ਤਾਂ ਹਟ ਜਾਂਦਾ। ਇਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀ ਕਦੋਂ? 1964 ਵਿੱਚ ਮਿਲਿਆ ਸੀ। 1964 ਵਿੱਚ ਇਹਨਾਂ ਦਾ ਗੋਲਡ ਆਇਆ ਸੀ, ਕਿੱਥੇ ਆਇਆ ਸੀ? ਟੋਕਿਓ ਓਲੰਪਿਕਸ ਵਿੱਚ ਆਇਆ ਸੀ, ਜਦੋਂ ਇਹਨਾਂ ਨੇ ਪਾਕਿਸਤਾਨ ਨੂੰ ਹਰਾਇਆ ਸੀ। ਦੂਜਾ 1960 ਵਿੱਚ ਜਿਹੜੇ ਰੋਮ ਓਲੰਪਿਕਸ ਹੋਏ ਸੀ, ਰੋਮ ਵਿੱਚ ਹੋਇਆ ਸੀ, ਰੋਮ ਵਿੱਚ ਇਹਨਾਂ ਨੂੰ ਸਿਲਵਰ ਮੈਡਲ ਮਿਲਿਆ ਸੀ। ਤੇ 1962 ਵਿੱਚ, ਸ਼ਾਇਦ 1962 ਵਿੱਚ ਏਸ਼ੀਅਨ ਗੇਮਸ ਹੋਈ ਸੀ, ਉਹਦੇ ਵਿੱਚ ਵੀ ਸਿਲਵਰ ਆਇਆ ਸੀ। ਇਹ ਧਿਆਨ ਰੱਖਣੇ ਤਿੰਨੇ, ਠੀਕ ਹੈ ਜੀ? ਇਹ ਤਿੰਨੇ ਚਾਰੇ ਜਿਹੜੇ ਮੈਂ ਗੱਲਾਂ ਦੱਸਤੀਆਂ, ਧਿਆਨ ਰੱਖਣੀਆਂ ਤੁਸੀਂ। ਤਾਂ ਜੀ ਆਸਟ੍ਰੇਲੀਆ ਡੇ ਮਾਰਕ ਦਾ ਕਿਹੜਾ ਡੇ ਆਫ ਲੈਂਡਿੰਗ ਆਫ ਦ ਫਸਟ ਫਲੀਟ ਆਫ ਸ਼ੀਪ ਬਾਏ ਗਵਰਨਰ? ਸ਼ੀਪ ਨੀ, ਸ਼ੀਪ, ਇਹ ਤਾਂ ਸ਼ੀਪ ਕਰਤਾ, ਭੇਡਾਂ ਆ ਗਈਆਂ, ਭੇਡਾਂ ਨੀ, ਇਹ ਕਿਸ਼ਤੀ ਹੈ, ਕਿਸ਼ਤੀ ਹੈ, SHIP ਲਿਖਣਾ ਸੀ, ਸ਼ੀਪ। ਤਾਂ ਜੀ ਆਸਟ੍ਰੇਲੀਆ ਡੇ ਮਨਾਇਆ ਜਾਂਦਾ, ਕਹਿੰਦੇ ਜੀ ਗੋਰਾ ਆਇਆ ਸੀ ਆਰਥਰ ਫਿਲਿਪ January 26 ਨੂੰ ਉੱਥੇ। ਤਾਂ ਜੀ ਕਿਹੜੇ ਸਾਲ ਵਿੱਚ ਆਇਆ ਸੀ? 1688, 1788, 1888 ਜਾਂ ਫਿਰ 1988? ਹਾਂਜੀ ਬਿਲਕੁਲ ਠੀਕ ਹੋ ਜਾਂਦਾ ਤੁਹਾਡਾ ਅੰਤਰ, 1788। ਤੇ ਜਿਹੜੇ ਬੋਰ ਹੋ ਰਹੇ ਨਾ ਕਿ ਰਿਵੀਜ਼ਨ ਹੋ ਰਹੀ ਹੈ, ਦੇਖੋ ਜੀ ਕਰੰਟ ਅਫੇਅਰ ਤੁਹਾਨੂੰ ਯਾਦ ਰਿਵੀਜ਼ਨ ਤੋਂ ਹੀ ਰਹਿਣਗੇ। ਜਾਂ ਤਾਂ ਅੱਜ ਮੇਰੇ ਨਾਲ ਸਵੇਰੇ ਕਲਾਸ ਲਾ ਕੇ ਤੁਸੀਂ ਰਿਵੀਜ਼ਨ ਕਰ ਲਓ, ਜਾਂ ਫਿਰ ਜਦੋਂ ਪੇਪਰ ਆਊਗਾ ਸਿਰ ਤੇ ਫਿਰ ਉਦੋਂ ਬੈਠੋਗੇ, ਜਦੋਂ ਕਮਲੇ ਵਾਂਗੂ ਪੜ੍ਹਨਾ ਤਾਂ ਉਦੋਂ ਰਿਵੀਜ਼ਨ ਕਰ ਲਓ। ਬੈਟਰ ਤਾਂ ਇਹ ਰਹੂਗਾ ਕਿ ਰੋਜ਼ ਦੀ ਰੋਜ਼ ਨਾਲ ਦੀ ਨਾਲ ਤੁਹਾਡੀ ਰਿਵੀਜ਼ਨ ਹੁੰਦੀ ਰਹੇ। ਹੋਰ ਤਾਂ ਇੱਕ ਇਹ ਰਿਵੀਜ਼ਨ ਚੱਲ ਰਹੀ ਹੈ ਹਜੇ ਕੱਲ ਦੀ, ਬਸ ਇੱਕ ਦੋ ਸਵਾਲ ਰਹਿ ਗਏ, ਫਿਰ ਆਪਾਂ ਅੱਜ ਦੇ 29 January ਦੇ ਕਰੰਟ ਅਫੇਅਰ ਕਰਾਂਗੇ। ਆ ਲਓ ਹੋ ਹੀ ਗਏ। ਤਾਂ ਜੀ ਹੁਣ ਹੋ ਚੁੱਕੇ ਨੇ ਸਾਡੇ ਕਰੰਟ ਅਫੇਅਰ ਦੀ ਰਿਵੀਜ਼ਨ ਪੂਰੀ 28 January ਦੇ। ਤਾਂ ਹੁਣ ਮੈਂ ਹੁਣ ਤੱਕ ਕਿਸੇ ਨੂੰ ਕਿਹਾ ਨਹੀਂ ਸੀ, ਹੁਣ 5-6 ਸੈਕਿੰਡ ਲੈ ਕੇ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ ਸਾਰੇ ਜਣੇ, ਕਿਤੇ ਵੀ ਕਰ ਸਕਦੇ ਹੋ, ਠੀਕ ਹੈ ਜੀ? ਕਿਤੇ ਵੀ ਤੁਹਾਡੇ ਗਰੁੱਪ ਨੇ, ਕੋਈ ਯਾਰ ਦੋਸਤ ਹੈ, ਕੋਈ ਵੇਲੀ ਹੈ, ਤੁਹਾਨੂੰ ਪਤਾ ਲੱਗ ਰਿਹਾ ਕਿ ਆਇਆ ਨਹੀਂ ਹੈ, ਉਹ ਇੱਕ ਵਾਰ ਸ਼ੇਅਰ ਕਰ ਦਿਓ।
मैं भी एक बार टैलीग्राम से घल देना, जो टैलीग्राम से ग्रुप है पंजाब वाला 24/7 वाला, कई बार बच्चे ने दिखता नहीं, कुछ नहीं होता, कई बार होंगे बहुत प्रॉब्लम्स होंगे, तो एक बार सारे जने सैशन शेयर कर दो, है ना। ठीक है चलो हम स्टार्ट करते हैं। तो जी ये मैं कल शॉर्ट वीडियो भी पाई थी, तो शॉर्ट वीडियो भी देखो एक तो देखा करो पंजाब अड्डा 24/7 तो वो कई बार तो चलो पॉलिटिकल न्यूज आ जाती है, बट कई बार मोस्टली करंट अफेयर की न्यूज होंगी, तो ये ध्यान रखना है। तो जी दलेर मेहंदी बन चुके हैं पहले इंडियन टू परफॉर्म इन मैटावर्स, दलेर मेहंदी बन चुके हैं पहले इंडियन टू परफॉर्म इन मैटावर्स 26 जनवरी रिपब्लिक डे से। मैटावर्स एक कंपनी है जिसका नाम है पार्टी नाइट, है ना, की नाम है ये रहा, एक कंपनी है जिसका नाम है पार्टी नाइट, इंडिया का ही एक मैटावर्स स्टार्टअप है पार्टी नाइट, इन्हें एक इंडिया का मैटावर्स बनाया। मैटावर्स समझो की होंगे, मैटावर्स तुम मान लो एक तरह ना गेम है, गेम विच होंगे ना सानू एक करैक्टर देता, स्नैपचैट मान लो, स्नैपचैट तो मैप जा नहीं आता, मैप के उत्ते साडे करैक्टर बने होंगे हैं, वह जहाँ होंगे बस पार्टी मैटावर्स में की है एक दुनिया बनेगी, एक डिजिटल दुनिया बनेगी है, उस डिजिटल दुनिया में साडा एक करैक्टर बन गया, साडा एक अवतार बन गया, वह तुर भी रहा है, वह किसी नाल गल्लां भी कर रहा है, वह खेड भी रहा है, वह खाना पीना भी कर रहा है, मतलब कि एक तरह ना डिजिटल वर्ल्ड आ गया, जिदा आप मूवी में देखते होने, कई मूवीज आती होनी, मैं तो जो मैटावर्स बारे पढ़िया मैं तो उही लग्या जिदा मूवीज में होंगे भी आप लोगों ने कहते एक कैमरे कुमरे लाए हुए सैटअप जे अंदर बड़े हुए अड्डी दुनिया चली हुई है, उधर थोड़ा अड्डी अवतार है, तुम अड्ड देखते हो, तुम सब कुछ इंजॉय करते हो, जिदा ये दलेर मेहंदी हम बन चुके हैं, इन्होंने उत्थे परफॉर्मेंस भी देती, कई बड़े बड़े जो इंटरनेशनल स्टार्स ने उत्थे परफॉर्म कर चुके हैं, तो यह हो चुकी है मैटावर्स, तो यही कह रहे हैं कि अगे जाके कर जा रहे हैं, तो ही फेसबुक का जो नाम वह मैटा रखे, क्योंकि फेसबुक भी अपना एक मैटावर्स बना जा रहा है, क्योंकि फेसबुक तो बड़ा की कहते हैं अपना फेसबुक तो बड़ा डेटाबेस तो होर किसी को होगा ही नहीं, फेसबुक देख लो कितनी दुनिया यूज कर दी है, हुण उही थोड़ी जिहड़ी आईडी है थोड़ी आईडी नूं ही इन्हां ने मैटावर्स नाल लिंक कर देना है, इन्होंने तो उहदे भी थोड़ा अवतार हो जाऊगा, तुसीं किते जांदे हो तुसीं उत्थे ही, मतलब समझ रहे हो वर्चुअल वर्ल्ड है एक तरह नाल, यह ध्यान रखना है। दलेर मेहंदी बन चुके ने पहले इंडियन स्टार्टअप का नाम की है पार्टी नाइट, 26 जनवरी इन्होंने परफॉर्म किया। चलो जी इंडिया का पहला ग्राफीन इनोवेशन सेंटर बनन जा रहा है, कितने बनन जा रहा है, यह बनन जा रहा है केरला में जा रहा है, एक कार्बन का एक कंपाउंड होंगे ग्राफीन डायमंड वगैरह ऐसा ग्रेफाइट ग्राफीन है ना, तो एक कार्बन का कंपाउंड होंगे ऐसा कनैक्टिड होंगे, कितने बनन जा रहा है, यह बनन जा रहा है पहला इनोवेशन सेंटर फॉर ग्राफीन कितने, केरला की डिजिटल यूनिवर्सिटी केरला विच अलोंग विच सेंटर फॉर मटीरियल एंड इलेक्ट्रॉनिक टेक्नोलॉजी CMET थ्रिसूर विच बनन जा रहा है, ध्यान रखना है डिजिटल यूनिवर्सिटी केरला विच CMET नाल मिलके ते इंडस्ट्रियल पार्टनर होगा टाटा स्टील, इंडस्ट्रियल पार्टनर होगा टाटा स्टील, ते कादे लई कहा सी इन्होंने, हाँ कहते हैं जी ग्राफीन है ये उत्ते रिसर्च एंड डेवलपमेंट होगी, तो जी ओलेड स्क्रीन नहीं होंगी ऑरगैनिक लाइट एमिटिंग डायोड फुल फॉर्म्स वगैरह याद कर लो, छोटी छोटी जी ओलेड होगी एमओलेड होगी ये कुछ याद कर लो, ओलेड होंगी ऑरगैनिक लाइट एमिटिंग डायोड जी थोड़े फोनों में होंगी है टीवी में होंगी है, तो यह थोड़ी महंगी आती है, तुम देखे होना जी ओलेड वाले टीवी होंगे थोड़े महंगे आते हैं, तो ग्राफीन उत्ते रिसर्च एंड डेवलपमेंट होगी, तो ग्राफीन इतने ओलेड में यूज किया जा सकता है, सस्ती होंगी है तो हूँ ये रेट भी घटे जा सकते हैं, तो मतलब एकदम तो नहीं घटते, रिसर्च एंड डेवलपमेंट होगी टाइम लगेगा, ध्यान रखना केरला में। ठीक है चलो जम्मू एंड कश्मीर की पुलिस ने लाए सब तो ज्यादा 115 मैडल लाए ने गैलेंटरी अवार्ड, तो जी 26 जनवरी एक तो गैलेंटरी अवार्ड जो फौज वाले दिते ते नाल नाल प्रेजिडेंट मैडल पुलिस मैडल जो दिते वो फौज ने भी दिते, तो जम्मू एंड कश्मीर पुलिस नू सब तो ज्यादा 115 मैडल मिले, केड़े केड़े देख लो, तो जी जम्मू एंड कश्मीर नू मिले ने 115 मैडल द हाईएस्ट नंबर फ्रॉम एनी पुलिस फोर्स, दूजे नंबर से रही CRPF नू मिले 30, छत्तीसगढ़ नू मिले 10, ओडिशा पुलिस नू 9 ते महाराष्ट्र पुलिस नू 7, तो एक यह याद रख लेना सब तो ज्यादा तुम देख ही सकते हो, फर्स्ट नंबर से जम्मू एंड कश्मीर है 115, दूजे नंबर पर देखो कौन है CRPF किन्ने 30, 1/4 है दूजे नंबर से, तो यह ध्यान रखना सब तो ज्यादा जम्मू एंड कश्मीर पुलिस। ठीक है जी आज छोटे छोटे करंट अफेयर ने ज्यादा बड़े सीगे नहीं, मैं वही देखे मैं कहा कि मजाक जो चल रहा है करंट अफेयर मिले नहीं है ना। चलो तो जी इंडिया ने पे करते अपने 29.9 मिलियन डॉलर इन UN रेगुलर बजट असैसमेंट फॉर 2022, थोड़ा आप पहला थोड़े कुछ दिन पहला दस्या थी जिदा ईरान
ਉਹਦੀ ਜਿਹੜੇ ਡਿਊਸ ਸੀ ਉਹਨੇ ਦਿੱਤੇ ਨਹੀਂ ਸੀ ਉਹਨੂੰ ਵੋਟਿੰਗ ਰਾਈਟ ਲੈ ਲਏ ਉਦਾਂ ਹੀ ਹਰ ਸਾਲ ਹੁੰਦਾ ਵੀ ਹਰ ਸਾਲ ਦੇ ਹੁੰਦਾ ਕਿ ਇਸ ਕੰਟਰੀ ਨੇ ਇੰਨੇ ਪੈਸੇ ਦੇਣੇ ਨੇ ਯੂਐਨ ਦੇ ਬਜਟ ਲਈ ਰੈਗੂਲਰ ਬਜਟ ਲਈ ਤਾਂ ਇੰਡੀਆ ਦਾ ਬਣਿਆ ਸੀ ਇੱਕ ਵਾਰ $29 million ਤਾਂ ਇੰਡੀਆ ਵਾਲਿਆਂ ਨੇ ਪੂਰਾ ਕਰਕੇ ਤੋਰਤਾ ਹੁਣ ਤਾਂ ਕਹਿੰਦੇ ਸਿਰਫ 24 countries ਨੇ ਹੀ ਪੈਸੇ ਦਿੱਤੇ ਨੇ ਤੇ ਇੰਡੀਆ ਵੀ ਦੇਖ ਲਓ ਤੁਸੀਂ ਪਹਿਲੇ ਮਹੀਨੇ ਜੀ ਦੇਤੇ ਪੈਸੇ ਠੁੱਕ ਤਾਂ ਬਣਦੀ ਆਪਣੀ ਥੋੜੀ ਸੀ ਹਨਾ ਅੱਛਾ ਇਹਨਾਂ ਨੂੰ ਤਾਂ ਸਾਰੇ ਹੀ ਦੇ ਦੇਣੇ ਸੀ ਠੀਕ ਹੈ ਯਾਦ ਰੱਖਣਾ $29.9 million ਇਹ ਸਵਾਲ ਆਊਗਾ ਇਹਦੇ ਵਿੱਚ ਹੋਰ ਕੋਈ ਸਵਾਲ ਨਹੀਂ ਬਣਦਾ ਵੀ ਇੰਡੀਆ ਨੇ ਕਿੰਨੇ ਪੈਸੇ ਦਿੱਤੇ ਕਿੱਥੇ $29.9 million ਦਿੱਤੇ ਤਾਂ ਜੀ ਕੇਰਲਾ ਨੂੰ ਮਿਲ ਗਿਆ ਇਹਦਾ ਪਹਿਲਾ ਸਾਇੰਟੀਫਿਕ ਵਰਲਡ ਐਟਲਸ ਧਿਆਨ ਰੱਖਣਾ ਗੱਲ ਤੇ ਇੱਕ ਵਾਰ ਪੜ੍ਹ ਕੇ ਤਾਂ ਜੀ ਇਹਨਾਂ ਨੇ ਆਪਣਾ ਪਹਿਲਾ ਸਾਇੰਟੀਫਿਕ ਵਰਲਡ ਐਟਲਸ ਮਿਲਿਆ ਕੇਰਲਾ ਨੂੰ ਤਾਂ ਇਹਦੇ ਵਿੱਚ ਕੀ ਹੈ ਅੱਡ ਅੱਡ ਤਰ੍ਹਾਂ ਦੇ ਪੰਛੀ ਨੇ ਐਟਲਸ ਦਾ ਮਤਲਬ ਕੀ ਹੁੰਦਾ ਹੈ ਜਿੱਦਾਂ ਸਿੰਪਲ ਐਟਲਸ ਹੋ ਗਈ ਉਹਦੇ ਵਿੱਚ ਮੈਪ ਹੁੰਦੇ ਇੱਧਰ ਕੀ ਹੋਊਗਾ ਬਸ ਅੱਡ ਅੱਡ ਤਰ੍ਹਾਂ ਦੇ ਬਰਡ ਦੀ ਬਾਰੇ ਦੱਸਿਆ ਹੋਇਆ ਇਹਦੇ ਵਿੱਚ ਹੋਰ ਕੁਝ ਨਹੀਂ ਜ਼ਿਆਦਾ ਤਾਂ ਦੇਖ ਲਓ ਕੇਰਲਾ ਬਰਡ ਐਟਲਸ ਦ ਫਸਟ ਆਫ ਇਟਸ ਕਾਇੰਡ ਸਟੇਟ ਲੈਵਲ ਬਰਡ ਐਟਲਸ ਇਨ ਇੰਡੀਆ ਹੈਜ਼ ਕ੍ਰੀਏਟਿਡ ਸੋਲਿਡ ਬੇਸਲਾਈਨ ਡੇਟਾ ਅਬਾਊਟ ਦ ਡਿਸਟ੍ਰੀਬਿਊਸ਼ਨ ਐਂਡ ਅਬੰਡੈਂਸ ਆਫ ਬਰਡ ਸਪੀਸੀਜ਼ ਅਕ੍ਰੋਸ ਆਲ ਮੇਜਰ ਹੈਬੀਟੇਟ ਤਾਂ ਜੀ ਕੇਰਲਾ ਬਰਡ ਐਟਲਸ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਰਾਜ ਪੱਧਰੀ ਪੰਛੀ ਐਟਲਸ ਹੈ ਇਹਨੇ ਸਾਰੇ ਪ੍ਰਮੁੱਖ ਨਿਵਾਸ ਸਥਾਨਾਂ ਵਿੱਚ ਪੰਛੀਆਂ ਦੀਆਂ ਕਿਸਮਾਂ ਦੀ ਵੰਡ ਅਤੇ ਬਹੁਤਾਤ ਬਾਰੇ ਠੋਸ ਆਧਾਰ ਲਾਈਨ ਡੇਟਾ ਤਿਆਰ ਕੀਤਾ ਬਸ ਇਹਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਪੰਛੀ ਨੇ ਹੋਰ ਕੁਛ ਨਹੀਂ ਠੀਕ ਹੈ ਇੱਕ ਵਾਰ ਯਾਰ ਸੈਸ਼ਨ ਨੂੰ ਲਾਈਕ ਕਰ ਦੋ ਜਿਹਨੇ ਹੁਣ ਤੱਕ ਕੀਤਾ ਨਹੀਂ ਤੇ ਕਿਤੇ ਕਰ ਸਕਦੇ ਤਾਂ ਸ਼ੇਅਰ ਜ਼ਰੂਰ ਕਰ ਦੋ ਆਪਾਂ ਮੈਂ ਹੋਰ ਤਾਂ ਕਿਹਾ ਹੀ ਨਹੀਂ ਮੈਂ ਕਿਹਾ ਆਪਾਂ ਬਸ ਹੋਰ ਕੁਛ ਨਹੀਂ ਆਪਾਂ 100+ ਦਾ ਟਾਰਗੇਟ ਰੱਖਣਾ ਮੈਂ ਤਾਂ ਤੁਹਾਨੂੰ ਹੋਰ ਕੁਛ ਕਹਿੰਦਾ ਹੀ ਨਹੀਂ ਮੈਂ ਕਿਹਾ ਆਪਾਂ 100+ 100+ ਚਲੇ ਜਾਈਏ ਹੋਰ ਕੋਈ ਗੱਲ ਨਹੀਂ ਤੇ ਆਪਣੇ ਦੇਖੋ ਮੈਂ ਉਹੀ ਕਿਹਾ ਲੋਕਾਂ ਦੇ ਹੁੰਦੇ ਲਾਈਵ ਇਜ਼ ਇਕੁਅਲ ਟੂ ਲਾਈਵ ਹੁੰਦੇ ਆ ਕਹਿੰਦੇ ਲਾਈਕ ਜ਼ਿਆਦਾ ਹੁੰਦੇ ਲਾਈਵ ਤੋਂ ਮੈਂ ਤਾਂ ਤੁਹਾਨੂੰ ਕਿਹਾ ਘੱਟੋ ਘੱਟ ਬਸ ਲਾਈਕ ਇਜ਼ ਇਕੁਅਲ ਟੂ ਲਾਈਵ ਕਰ ਦੋ ਹੁਣ ਲਾਈਵ ਸਾਡੇ ਕੋਲ 90 ਬੈਠੇ ਨੇ ਲਾਈਕ ਸਿਰਫ 82 ਘੱਟੋ ਘੱਟ 90-90 ਤਾਂ ਕਰ ਦੋ ਬੇਨਤੀ ਹੋਏ ਹੁਣ ਤਾਂ ਚਲੋ ਆਪਾਂ ਕੁਛ ਟਾਈਮ ਪਹਿਲਾਂ ਗੱਲ ਕੀਤੀ ਸੀ ਜਦੋਂ ਜਿਹੜੇ ਅਸਮ ਸੀਗੇ ਅਸਮ ਦੇ ਜਿਹੜੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਉਹਨਾਂ ਨੇ ਕਿਹਾ ਸੀ ਅਸੀਂ ਵੀ ਜਿੱਦਾਂ ਪਦਮਾ ਅਵਾਰਡ ਹੁੰਦੇ ਅਸੀਂ ਵੀ ਉਦਾਂ ਦੇ ਅਵਾਰਡ ਦੇਣਗੇ ਤਾਂ ਪਹਿਲਾਂ ਹੀ ਇਹਨਾਂ ਨੇ ਅਨਾਊਂਸ ਕਰਤੇ ਸੀ ਤਾਂ ਹੁਣ 26 January ਦੇ ਇਹਨਾਂ ਨੇ ਅਵਾਰਡ ਦਿੱਤੇ ਸੀ ਇਹ ਤਾਂ ਅਸਮ ਵੈਭਵ ਦਿੱਤਾ ਸਿਰਫ ਰਤਨ ਟਾਟਾ ਨੂੰ ਇਹ ਇੱਕ ਤਰ੍ਹਾਂ ਦਾ ਮੰਨ ਲਓ ਪਦਮ ਵਿਭੂਸ਼ਣ ਦੇ ਬਰਾਬਰ ਦਾ ਅਵਾਰਡ ਹੋ ਗਿਆ ਇਹ ਫਿਰ ਅਸਮ ਸੌਰਵ ਪਿਛਲੀ ਵਾਰ ਗੱਲ ਕੀਤੀ ਸੀ ਲਵਲੀਨਾ ਬੋਰਗੋਹਾਇਨ ਦਾ ਨਾਂ ਆਇਆ ਸੀ ਇਹ ਧਿਆਨ ਰੱਖਣਾ ਅਸਮ ਸੌਰਵ ਲਵਲੀਨਾ ਬੋਰਗੋਹਾਇਨ ਤੇ ਬਾਕੀ ਵੀ ਕੁਝ ਨਾਂ ਨੇ ਬਟ ਧਿਆਨ ਤੁਸੀਂ ਕਿਹੜਾ ਰੱਖਣਾ ਕਿ ਰਤਨ ਟਾਟਾ ਧਿਆਨ ਰੱਖਣਾ ਲਵਲੀਨਾ ਬੋਰਗੋਹਾਇਨ ਧਿਆਨ ਰੱਖਣਾ ਬਾਕੀ ਦੇਖੋ ਕੋਈ ਇੰਪੋਰਟੈਂਟ ਨਾਂ ਇੱਕ ਤਾਂ ਕੌਸ਼ਿਕ ਬਰੂਆ ਧਿਆਨ ਰੱਖ ਲਿਓ ਤੇ ਬਸੰਤਾ ਹਜ਼ਾਰਿਕਾ ਨਾਂ ਧਿਆਨ ਰੱਖ ਲਿਓ ਤੇ ਬੋਬੀ ਹਜ਼ਾਰਿਕਾ ਤਾਂ ਇਹ ਕੁਝ ਨਾਂ ਨੇ ਧਿਆਨ ਰੱਖਣੇ ਬਾਕੀ ਸਾਡੇ ਲਈ ਜ਼ਰੂਰੀ ਨਹੀਂ ਹੈ ਬਾਕੀ ਉਹ ਪੜ੍ਹਨਗੇ ਜਿਹੜੇ ਅਸਮ ਦੇ ਪੇਪਰ ਦੀ ਤਿਆਰੀਆਂ ਕਰ ਰਹੇ ਨੇ ਸਾਨੂੰ ਨਹੀਂ ਹੈ ਯਾਰ ਠੀਕ ਹੈ ਜੀ ਸਾਨੂੰ ਨਹੀਂ ਹੈ ਹੋਰ ਲੋੜ ਇਹਨਾਂ ਦੀ ਸਾਨੂੰ ਨਾ ਧਿਆਨ ਰੱਖਣਾ ਸਾਨੂੰ ਯਾਦ ਰੱਖਣਾ ਕਿਉਂਕਿ ਸਟੇਟ ਅਵਾਰਡ ਹੈ ਪਰ ਰਤਨ ਟਾਟਾ ਲਵਲੀਨਾ ਬੋਰਗੋਹਾਇਨ ਯਾਦ ਰੱਖ ਲਿਓ ਠੀਕ ਹੈ ਜੀ ਚਲੋ ਤਾਂ ਜੀ ਇਹ ਪੁਰਾਣਾ ਕਰੰਟ ਅਫੇਅਰ ਹੋ ਗਿਆ ਥੋੜਾ ਜਿਹਾ ਮੇਥੋਂ ਮਿਸ ਹੋ ਗਿਆ ਮੈਨੂੰ ਧਿਆਨ ਨਹੀਂ ਰਿਹਾ ਪਤਾ ਨਹੀਂ ਕਿੱਦਾਂ ਇਹ ਮਿਸ ਹੋ ਗਿਆ ਤਾਂ ਜੀ ਕਰਪਸ਼ਨ ਪਰਸੈਪਸ਼ਨ ਇੰਡੈਕਸ ਨਿਕਲਿਆ ਇੱਕ ਉਹਦੇ ਵਿੱਚ ਕਰਪਸ਼ਨ ਦੱਸਦਾ ਵੀ ਦੁਨੀਆ ਵਿੱਚ ਕਿੰਨੀ ਚੱਲ ਰਹੀ ਹੈ ਇਹ ਕੱਢਿਆ ਕਿਨੇ ਇਹ ਹੈ ਜੀ ਕੰਪਨੀ ਦਾ ਨਾਂ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਕੋਈ UN ਨਹੀਂ ਕੋਈ UNWFP ਨਹੀਂ ਕੋਈ ਨੀਡ ਕਿਸੇ ਨੇ ਨਹੀਂ WEP ਨੇ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਕੀਤਾ ਤੇ ਇੰਡੀਆ ਦੀ ਰੈਂਕ ਇਸ ਵਾਰ 85 ਆਈ ਹੈ ਪਿਛਲੀ ਵਾਰੀ ਇੰਡੀਆ ਦੀ ਰੈਂਕ 86 ਸੀ ਇਸ ਵਾਰ ਇੰਡੀਆ ਦਾ ਰੈਂਕ 40 ਹੈ ਪਿਛਲੇ ਸਾਲ ਇੰਡੀਆ ਦਾ ਰੈਂਕ ਵੀ 40 ਸੀਗਾ ਕੁਛ ਬਦਲਾਵ ਨਹੀਂ ਹੋਇਆ ਉਨਾ ਹੀ ਬਦਲਾਵ ਹੈ ਆਪਣਾ ਜੋ ਚੱਲਦਾ ਕੰਮ ਉਹੀ ਚੱਲਦਾ ਹਜੇ ਵੀ ਤਾਂ ਟੌਪ ਦੀ ਕੰਟਰੀਜ਼ ਕਿਹੜੀਆਂ ਨੇ ਫਸਟ ਤੇ ਡੈਨਮਾਰਕ ਪਿਛਲੇ ਸਾਲ ਵੀ ਫਸਟ ਤੇ ਸੀਗੀ ਦੂਜੇ ਤੇ ਫਿਨਲੈਂਡ ਫਿਰ ਨਿਊਜ਼ੀਲੈਂਡ ਨਾਰਵੇ ਸਿੰਗਾਪੁਰ ਤੇ ਸਵੀਡਨ ਕਿਉਂਕਿ ਇਹ ਦੇਖੋ ਤੁਸੀਂ ਹੁਣ ਪੜੋਗੇ ਸਰ 1-1-1-4-4-4 ਕਿਉਂ ਲਿਖਿਆ ਕਿਉਂਕਿ ਇਹਨਾਂ ਤਿੰਨਾਂ ਦਾ ਸਕੋਰ 88 ਹੈ ਇਹਨਾਂ ਤਿੰਨਾਂ ਦਾ ਸਕੋਰ 85 ਹੈ ਤਾਂ ਇਹ ਦੇਖ ਲਓ ਇਹ ਇੰਡੀਆ ਦਾ ਹਾਲ ਹੈ ਉੱਥੇ ਦੱਸਿਆ ਹੋਇਆ 100 ਵਿੱਚੋਂ 40 number ਆਏ ਨੇ 180 countries ਤੋਂ 85 ਰੈਂਕ ਹੈ ਸਾਡੀ ਤੇ ਇੱਕ ਦੇਖ ਸਕਦੇ ਤੁਸੀਂ 2021 ਵਿੱਚ ਵੀ 40 number 2020 ਵਿੱਚ ਵੀ 40 number 2019 ਵਿੱਚ ਕਹਿੰਦੇ 41 ਸੀਗੇ 2018 ਵਿੱਚ 41 ਸੀਗੇ 2017 ਵਿੱਚ ਫੇਰ 40 ਸੀਗੇ ਫੇਰ 40 ਸੀਗੇ ਅਸੀਂ ਤਾਂ ਮਤਲਬ 40-41-40-41 ਇਹੀ ਖੇਡਦੇ ਫਿਰ ਰਹੇ ਹਾਂ ਸਾਡਾ ਹੋਰ ਕੁਛ ਨਹੀਂ ਬਣ ਰਿਹਾ ਮਤਲਬ ਕਿ 2000 ਤੁਸੀਂ ਲਾ ਲਓ ਵਧਿਆ ਮਾੜਾ ਜਿਹਾ ਦੇਖ ਲਓ ਤੁਸੀਂ 2017 ਤੋਂ ਬਾਅਦ ਬਟ ਉਹ ਤੋਂ ਬਾਅਦ ਥੱਲੇ ਹੀ ਹੈ 2016 ਤੋਂ ਲੈ ਕੇ 21 ਤੱਕ ਦੇਖ ਲਓ 40-41 ਤੋਂ ਉੱਤੇ ਆਪਾਂ ਵਧੇ ਹੀ ਨਹੀਂ ਹੈ ਬਹੁਤ ਬੁਰੇ ਹਾਲ ਨੇ ਫਸਟ ਰੈਂਕ ਯਾਦ ਰੱਖਣੀ ਹੈ ਡੈਨਮਾਰਕ ਹੈ ਦੂਜੇ ਤੇ ਫਿਨਲੈਂਡ ਹੈ ਤੀਜੇ ਤੇ ਨਿਊਜ਼ੀਲੈਂਡ ਹੈ ਠੀਕ ਹੈ ਜੀ ਯਾਰ ਪਾਕਿਸਤਾਨ ਨਾਲ ਕਿਉਂ ਕੰਪੇਅਰ ਕਰੀ ਜਾਂਦੇ ਬਸ ਗੱਲ ਗੱਲ ਤੇ ਕਹਿੰਦੇ ਪਾਕਿਸਤਾਨ ਕਰ ਲਓ ਹੈ ਨਾ ਚਲੋ ਇੱਕ ਮੈਨੂੰ ਯਾਦ ਕਰਾ ਤੁਹਾਨੂੰ ਮੈਂ ਕੁਐਸਚਨ ਦਊਂਗਾ ਇੱਕ ਵਧੀਆ ਜਿਹਾ ਨਾ ਐਂਡ ਵਿੱਚ
ਤੁਸੀਂ ਕਮੈਂਟਾਂ ਵਿੱਚ ਆਨਸਰ ਕਰੇ ਕਰੋਗੇ ਉਹਦਾ, ਠੀਕ ਹੈ। ਚਲੋ, ਇੰਡੀਆ ਪੜ੍ਹ ਕੇ ਨਹੀਂ ਗਏ, 40 ਨੰਬਰ ਆਇਆ, ਬਿਲਕੁਲ ਬਿਲਕੁਲ ਫੇਲ ਹੋ ਗਿਆ ਇੰਡੀਆ, ਹੈ ਨਾ। ਤਾਂ ਜੀ ਹੁਣ ਵੀ ਲਾਈਕ ਨਹੀਂ ਹੋਏ, ਹੁਣ ਵੀ ਲਾਈਕ 89 ਤੇ ਲਾਈਵ ਬੈਠੇ 92, ਇਕੁਅਲ ਕਰ ਦੋ। ਦੇਖੋ ਜਿਹਨੇ ਲਾਈਕ ਨਹੀਂ ਕੀਤਾ, ਦੇਖੋ ਕੰਟੈਂਟ ਤੁਹਾਨੂੰ ਵਧੀਆ ਲੱਗ ਰਿਹਾ, ਦੇਖੋ ਕਰੋ ਲਾਈਕ, ਹੈ ਨਾ। ਚਲੋ, ਰਸ਼ੀਆ, ਚਾਈਨਾ ਤੇ ਇਰਾਨ ਨੇ ਕੰਡਕਟ ਕੀਤੀ ਇੱਕ ਨੇਵਲ ਐਕਸਰਸਾਈਜ਼ ਚਿਰੂ 2Q22। ਆਹ ਦੇਖੋ, ਐਕਸਰਸਾਈਜ਼ ਕੀਤੀ ਕੀ ਹੈ, ਚਿਰੂ 2Q22, ਨਾਰਥ ਇੰਡੀਅਨ ਓਸ਼ਨ ਵਿੱਚ ਕੀਤੀ ਹੈ ਇਹਨਾਂ ਨੇ, ਗਲਫ ਆਫ ਓਮਾਨ ਦੇ ਨੇੜੇ ਕੀਤੀ ਹੈ ਇਹਨਾਂ ਨੇ। ਤਾਂ ਇਹ ਮੈਂ ਦੱਸਦਾ ਤੁਹਾਨੂੰ, ਬਹੁਤ ਹੀ ਜ਼ਿਆਦਾ ਗਾਹ ਪਿਆ ਹੋਇਆ ਅੱਜ ਕੱਲ੍ਹ। ਤਾਂ ਜੀ ਇਹ ਦੇਖੋ, ਗਲਫ ਆਫ ਓਮਾਨ ਦੇ ਨੇੜੇ ਕੀਤੀ ਹੈ, ਤੁਹਾਨੂੰ ਪਤਾ ਗਲਫ ਆਫ ਓਮਾਨ ਕਿੱਥੇ ਪੈਂਦਾ, ਮਿਡਲ ਈਸਟ ਦੇ ਵੱਲ ਨੂੰ ਪੈਂਦਾ। ਤੇ ਪਿਛਲੇ ਸਾਲ ਚਾਈਨਾ ਕਹਿੰਦਾ ਸੀ ਰਸ਼ੀਆ ਨੂੰ ਕਿ ਤੁਸੀਂ S-400 ਹੈ ਜਿਹੜਾ ਉਹ ਇਰਾਨ ਨੂੰ ਵੀ ਦਿਓ। ਇਰਾਨ ਦੇ ਤਾਂ ਤੁਹਾਨੂੰ ਪਤਾ ਹੋਣਾ ਸੈਂਕਸ਼ਨ ਲੱਗੇ ਹੋਏ ਨੇ ਇਸ ਟਾਈਮ, ਅਮਰੀਕਾ ਨੇ ਸੈਂਕਸ਼ਨ ਲਾਏ ਹੋਏ ਨੇ ਅੰਡਰ ਕਾਟਸ ਐਕਟ, ਸੈਂਕਸ਼ਨ ਲਾਏ ਹੋਏ ਨੇ। ਕਾਟਸ ਵਿੱਚ ਕਿਹੜੀਆਂ 3 ਕੰਟਰੀਆਂ ਨੇ, ਇਰਾਨ ਹੈ ਉਹਦੇ ਵਿੱਚ, ਨਾਰਥ ਕੋਰੀਆ ਹੈ ਉਹਦੇ ਵਿੱਚ, ਤੇ ਰਸ਼ੀਆ ਹੈ। ਤਾਂ ਪਿਛਲੇ ਸਾਲ ਤਾਂ ਪਾਕਿਸਤਾਨ ਜ਼ੋਰ ਦੇ ਰਿਹਾ ਸੀ ਰਸ਼ੀਆ ਨੂੰ ਕਿ ਤੁਸੀਂ ਇਰਾਨ ਨੂੰ ਕੀ ਦੇ ਦਿਓ, S-400 ਦੇ ਦਿਓ, ਮਿਸਾਈਲ ਡਿਫੈਂਸ ਸਿਸਟਮ ਦੇ ਦਿਓ ਇਰਾਨ ਨੂੰ। ਚਾਈਨਾ ਦਾ ਕੰਮ ਇਹੀ ਹੈ, UNSC ਹੈ ਜਿਹੜੀ, ਯੂਐਨ ਸਿਕਿਉਰਿਟੀ ਕਾਉਂਸਿਲ ਹੈ, ਉਹਦੇ ਵਿੱਚ ਕੀ ਹੁੰਦਾ, ਜਿਹੜੇ 5 ਪਰਮਨੈਂਟ ਮੈਂਬਰਸ ਨੇ, 5 ਪਰਮਨੈਂਟ ਮੈਂਬਰ ਵਿੱਚੋਂ ਇੱਕ ਵੀ ਜੇ ਵੀਟੋ ਕਰ ਦਿੰਦਾ ਨਾ ਤਾਂ ਉਹ ਕੈਂਸਲ ਹੋ ਜਾਂਦਾ, ਵੀ ਠੀਕ ਹੈ ਕੋਈ ਵੀ ਡਿਸੀਜਨ ਹੋ ਗਿਆ, ਇੱਕ ਨੇ ਕਹਿਤਾ ਵੀਟੋ ਮਤਲਬ ਉਹ ਡਿਸੀਜਨ ਹੋ ਗਿਆ ਕੈਂਸਲ ਨਾਲ ਨਾਲ, ਠੀਕ ਹੈ। ਤਾਂ ਜਿੱਦਾਂ ਕੋਈ ਅਮਰੀਕਾ ਨੇ ਕਿਹਾ ਵੀ ਇੰਡੀਆ ਦੀ, ਆਪਾਂ ਕਹਿੰਦੇ ਆ ਵੀ ਇੰਡੀਆ ਨੂੰ ਆਪਾਂ ਪਰਮਨੈਂਟ ਮੈਂਬਰ ਬਣਾ ਲਈਏ, ਕਿਉਂ, ਕਿਉਂਕਿ ਇੰਡੀਆ ਕਾਫੀ ਰਿਸਪੋਂਸੀਬਲ ਕੰਟਰੀ ਹੈ, ਨਿਊਕਲੀਅਰ ਵਾਰਡਸ ਹੈ ਇਹਨਾਂ ਕੋਲ, ਕਾਫੀ ਟਾਈਮ ਤੋਂ ਕੋਈ ਵਾਰ ਨਹੀਂ ਹੋਇਆ ਤੇ ਕਾਫੀ ਪੀਸ ਲਵਿੰਗ ਕੰਟਰੀ ਹੈ। ਤਾਂ ਇਹ ਤਰਕ ਦਿੰਦੇ ਨੇ, ਤੇ ਨਾਲ ਨਾਲ ਚਾਈਨਾ ਕਰਦਾ ਵੀਟੋ। ਫਿਰ ਚਾਈਨਾ ਪਤਾ ਕਿਹਦਾ ਨਾਂ ਕਹਿੰਦਾ, ਚਾਈਨਾ ਕਹਿੰਦਾ ਕਿ ਪਾਕਿਸਤਾਨ ਨੂੰ ਬਣਾ ਲਿਆ ਜਾਵੇ UNSC ਦਾ ਪਰਮਨੈਂਟ ਮੈਂਬਰ। ਮਤਲਬ ਹਾਸਾ ਹੀ ਆਉਂਦਾ, ਬਟ ਕਿਉਂਕਿ ਚਾਈਨਾ ਹੁਣ ਹੈ ਪਰਮਨੈਂਟ ਮੈਂਬਰ ਤਾਂ ਕੀ ਕਰੀਏ, ਚਾਈਨਾ ਦੀ ਵੀ ਸੁਣਨੀ ਪੈਂਦੀ ਹੈ। ਉਸ ਟਾਈਮ ਬਹੁਤ ਜ਼ਿਆਦਾ ਬਵਾਲ ਹੁੰਦਾ, ਅੱਜ ਕੱਲ੍ਹ ਵੀ ਉਸ ਟਾਈਮ ਕਹਿੰਦੇ ਇੰਡੀਆ ਦੀ ਵਾਰੀ ਆ ਰਹੀ ਸੀ, ਇੰਡੀਆ ਨੂੰ ਬਣਾ ਦਈਏ ਪਰਮਨੈਂਟ ਮੈਂਬਰ, ਪਰ ਪਤਾ ਨਹੀਂ, ਮੈਂ ਵੀ ਇਹਦੇ ਬਾਰੇ ਡਿਟੇਲ ਵਿੱਚ ਪੜਿਆ ਨਹੀਂ, ਬਟ ਉਸ ਟਾਈਮ ਚਾਈਨਾ ਨੂੰ ਬਣ ਗਿਆ, ਕੀ ਹੋਇਆ ਮੈਨੂੰ ਨਹੀਂ ਪਤਾ, ਬਟ ਬਹੁਤ ਜ਼ਿਆਦਾ ਕਮੇਡੀ ਚੱਲੀ ਰਹਿੰਦੀ ਇਹਨਾਂ ਦੀ। ਤਾਂ ਇਹ ਧਿਆਨ ਰੱਖਣਾ, ਚਿਰੂ 2Q22, ਚ ਤੋਂ ਚਾਈਨਾ, ਆਈ ਤੋਂ ਇਰਾਨ, ਰੂ ਤੋਂ ਰਸ਼ੀਆ। ਜਿੱਦਾਂ ਸੀਗਾ ਕਿ ਔਕਸ ਸੀ, ਯਾਦ ਹੈ ਤੁਹਾਨੂੰ, ਆਸਟ੍ਰੇਲੀਆ, UK ਤੇ USA, ਉਦਾਂ ਹੀ ਇਹਨਾਂ ਨੇ ਬਣਾਤਾ ਇੱਕ ਚਿਰੂ 2Q22। ਚਲੋ, ਤਾਂ ਜੀ ਵੈਸਟਰਨ ਨੇਵਲ ਕਮਾਂਡ ਨੇ ਕੰਡਕਟ ਕੀਤੀ ਜੁਆਇੰਟ ਮੈਰੀਟਾਈਮ ਐਕਸਰਸਾਈਜ਼ ਪੱਛਮ ਲਹਿਰ। ਵੈਸਟਰਨ ਨੇਵਲ ਕਮਾਂਡ ਮਤਲਬ ਕਿ ਆ ਦੇਖੋ, ਪੱਛਮੀ ਬੇੜਾ, ਇਹਦਾ ਹੈੱਡਕੁਆਰਟਰ ਪੈਂਦਾ ਮੁੰਬਈ ਵਿੱਚ। ਇਹਨਾਂ ਨੇ ਕਿਹਦੇ ਨਾਲ ਕੀਤੀ, ਆਰਮੀ ਨਾਲ ਕੀਤੀ, ਏਅਰਫੋਰਸ ਨਾਲ ਕੀਤੀ, ਕੋਸਟ ਗਾਰਡ ਨਾਲ ਕੀਤੀ, ਇਹਨਾਂ ਚਾਰਾਂ ਨੇ ਵੀ, ਜਿਹੜੇ 3-4 ਸਰਵਿਸਿਸ ਨੇ ਆਪਸ ਵਿੱਚ ਕੋਆਰਡੀਨੇਸ਼ਨ ਲਈ, ਨਾ ਕੀ ਰੱਖਤਾ, ਨਾ ਵੀ ਪੱਛਮੀ ਲਹਿਰ ਰੱਖਤਾ, XPL-22, ਸਾਨੂੰ ਲੋੜ ਹੀ ਨਹੀਂ ਪੈਣੀ ਯਾਦ ਕਰਨ ਦੀ। ਵੈਸਟਰਨ ਕਮਾਂਡ ਮਤਲਬ ਪੱਛਮ, ਵੈਸਟਰਨ ਵੈਸਟ ਮਤਲਬ ਪੱਛਮ, ਤੇ ਵੈਸਟਰਨ ਕਮਾਂਡ ਮਤਲਬ ਪੱਛਮ ਲਹਿਰ। ਤਾਂ ਇਹਦੇ ਬਾਰੇ ਹੁਣ ਸਾਨੂੰ ਗੱਲਾਂ ਕੁਝ ਯਾਦ ਰੱਖਣੀਆਂ ਪੈਣੀਆਂ, ਕਿਹੜੀਆਂ। ਵੈਸਟਰਨ ਨੇਵਲ ਕਮਾਂਡ, ਇਹਦੀ 3 ਕਮਾਂਡ ਹੁੰਦੀ ਹੈ, ਪਹਿਲਾਂ ਤਾਂ ਇਹ ਯਾਦ ਰੱਖੋ, ਈਸਟ ਹੁੰਦੀ ਹੈ, ਵੈਸਟ ਹੁੰਦੀ ਹੈ, ਸਾਊਥ ਹੁੰਦੀ ਹੈ, ਨਾਰਥ ਨਹੀਂ ਹੁੰਦੀ। ਕਿਉਂ? ਕਿਉਂਕਿ ਨਾਰਥ ਵਿੱਚ ਪਾਣੀ ਨਹੀਂ ਹੈ ਯਾਰ, ਨਾਰਥ ਕਿੱਦਾਂ ਹੋਊਗੀ। ਵੈਸਟ ਦਾ ਨੇਵਲ ਕਮਾਂਡ ਹੈ ਮੁੰਬਈ ਵਿੱਚ, ਈਸਟ ਦਾ ਹੈ ਵਿਸ਼ਾਖਾਪਟਨਮ ਵਿੱਚ, ਤੇ ਸਾਊਥ ਦਾ ਹੋ ਜਾਂਦਾ ਹੈ ਕੋਚੀ ਵਿੱਚ। ਕੋਚੀ ਕਿੱਥੇ? ਕੇਰਲਾ। ਵਿਸ਼ਾਖਾਪਟਨਮ ਕਿੱਥੇ? ਕਿਹੜੀ ਸਟੇਟ ਵਿੱਚ ਹੈ ਵਿਸ਼ਾਖਾਪਟਨਮ? ਇਹ ਤਾਂ ਦੇ ਦਿਓ ਆਂਸਰ। ਵਿਸ਼ਾਖਾਪਟਨਮ ਕਿਹੜੀ ਸਟੇਟ ਵਿੱਚ ਪੈਂਦਾ? ਤਮਿਲਨਾਡੂ ਵਿੱਚ ਹੈ, ਆਂਧਰਾ ਪ੍ਰਦੇਸ਼ ਵਿੱਚ ਹੈ, ਤੇਲੰਗਾਨਾ ਵਿੱਚ ਹੈ, ਕੇਰਲਾ ਵਿੱਚ ਹੈ। ਕਿੱਥੇ ਹੈ ਵਿਸ਼ਾਖਾਪਟਨਮ? ਵਿਸ਼ਾਖਾਪਟਨਮ ਕਿੱਥੇ ਹੈ? ਅਜਾ ਯਾਰ, ਆਂਧਰਾ ਪ੍ਰਦੇਸ਼ ਵਿੱਚ ਹੈ ਯਾਰ ਵਿਸ਼ਾਖਾਪਟਨਮ, ਐ ਨਾ ਕਰੋ, ਆਂਧਰਾ ਪ੍ਰਦੇਸ਼ ਵਿੱਚ ਹੈ ਵਿਸ਼ਾਖਾਪਟਨਮ, ਠੀਕ ਹੈ। ਅੱਛਾ, ਉੜੀਸਾ ਵੀ ਹੈ, ਆਂਧਰਾ ਪ੍ਰਦੇਸ਼ ਵਿੱਚ ਹੈ ਵਿਸ਼ਾਖਾਪਟਨਮ, ਐ ਨਾ ਕਰੋ ਯਾਰ, ਐ ਨੀ ਚੱਲਣਾ ਕੰਮ। ਤਾਂ ਇੱਕ ਇਹ ਹੁਣ 3 ਤੁਹਾਨੂੰ ਯਾਦ ਕਰਨੇ ਪੈਣਗੇ, ਥੋੜਾ ਜਿਹਾ ਧਿਆਨ ਰੱਖਣੇ ਪੈਣੇ, ਕਿਉਂਕਿ ਦੇਖੋ ਇੱਕ ਨੰਬਰ ਤੋਂ ਕੁਝ ਵੀ ਪੁੱਛ ਸਕਦਾ ਹੈ ਨਾ। ਹੁਣ ਸਾਡੇ ਕੋਲ ਕਰੰਟ ਅਫੇਅਰ ਬਣ ਚੁੱਕਾ ਹੈ, ਜਿਹੜੇ ਵੈਸਟਰਨ ਨੇਵਲ ਕਮਾਂਡ ਹੈ ਉਹਦੇ ਜਿਹੜੇ ਕਮਾਂਡਿੰਗ ਕਮਾਂਡਰ ਆਫਿਸਰ ਨੇ ਉਹਨਾਂ ਦਾ ਨਾਂ ਹੈ ਅਜਿੰਦਰ ਬਹਾਦੁਰ ਸਿੰਘ। ਕੀ ਨਾਂ ਉਹਨਾਂ ਦਾ? ਅਜਿੰਦਰ ਬਹਾਦੁਰ ਸਿੰਘ। ਜਿਹੜੀ ਈਸਟਰਨ ਕਮਾਂਡ ਹੈ ਉਹਨਾਂ ਦੇ ਜਿਹੜੇ ਕਮਾਂਡਰ ਇਨ ਚੀਫ ਨੇ ਉਹਨਾਂ ਦਾ ਨਾਂ ਹੈ ਸੰਜੇ ਵਤਸਾਇਨ, ਸੰਜੇ ਵਤਸਾਇਨ। ਤੇ ਜਿਹੜੀ ਸਾਊਦਰਨ ਨੇਵਲ ਕਮਾਂਡ ਹੈ, ਸਾਊਦਰਨ ਨੇਵਲ ਕਮਾਂਡ ਹੈ, ਇਹਦੇ ਜਿਹੜੇ ਕਮਾਂਡਰ ਇਨ ਚੀਫ ਨੇ ਇਹਨਾਂ ਦਾ ਨਾਂ ਹੈ MA ਹੰਪੀ ਹੋਲੀ। ਤੇ ਨੇਵਲ ਚੀਫ ਦਾ ਨਾਂ ਤਾਂ ਪਤਾ ਸਾਨੂੰ, ਕੀ ਹੈ ਉਹਨਾਂ ਦਾ ਨਾਂ? ਆਰ ਹਰੀ ਕੁਮਾਰ, ਹੈ ਨਾ, ਆਰ ਹਰੀ ਕੁਮਾਰ ਸਾਡੇ ਨੇਵਲ ਚੀਫ ਹੋ ਜਾਂਦੇ ਨੇ। ਤੇ ਬਾਕੀ ਇਹਨਾਂ ਦੇ ਥੱਲੇ ਜਿਹੜੇ 3 ਜਿਹੜੇ ਕਮਾਂਡਸ ਨੇ ਇਹਨਾਂ ਦੇ ਤੁਹਾਨੂੰ ਚੀਫ ਧਿਆਨ ਰੱਖਣੇ, ਵੈਸਟ ਦੇ ਅਜਿੰਦਰ ਬਾਹੂ ਸਿੰਘ, ਈਸਟ ਦੇ ਸੰਜੇ ਵਾਤਸਾਇਨ, ਤੇ ਸਾਊਥ ਦੇ MA ਹੰਪੀ ਹੋਲੀ, ਠੀਕ ਹੈ ਜੀ। ਚਲੋ, ਓਲਾ ਬਾਰੇ ਤੁਹਾਨੂੰ ਪਤਾ ਹੋਣਾ, ਓਲਾ ਜਿਹੜੀ ਟੈਕਸੀਆਂ ਟੁਕਸੀਆਂ ਚਲਾਉਂਦੇ ਹੁੰਦੇ ਸੀ ਇੰਡੀਆ ਵਿੱਚ, ਉਹਨਾਂ ਨੇ ਇੱਕ ਇਲੈਕਟ੍ਰਿਕ ਵੀ ਸ਼ੁਰੂ ਕੀਤਾ ਸੀ, ਤੇ ਹੁਣ ਉਹ ਇਲੈਕਟ੍ਰਿਕ ਵਹੀਕਲ ਡਿਜ਼ਾਈਨ ਸੈਂਟਰ ਬਣਾਉਣ ਜਾ ਰਹੇ ਨੇ UK, ਯਾਨੀ ਕਿ ਯੂਨਾਈਟਿਡ ਕਿੰਗਡਮ ਵਿੱਚ। ਤਾਂ ਇਹਨਾਂ ਨੇ ਕਿਹਾ ਗਲੋਬਲ ਸੈਂਟਰ ਫਾਰ ਐਡਵਾਂਸ ਇੰਜੀਨੀਅਰਿੰਗ ਵਹੀਕਲ ਡਿਜ਼ਾਈਨ, ਓਲਾ ਫਿਊਚਰ ਫਾਊਂਡਰੀ,
वुड बी बेस्ड इन कोवेंट्री यूके, तो इन्होंने ना रखे उसका ओला फ्यूचर फाउंडरी, ये ना रखे इन्होंने। 100 मिलियन डॉलर के अराउंड कर जा रहे हैं। ओला इलैक्ट्रिक इंडियन कंपनी है, थोड़ा पता है ना, ये तो इंडियन कंपनी है ना। चलो तो ये बारे हम ध्यान रख रहे थोड़ा। ओला कदों बनी थी? 2010 बनी थी। फाउंडर ने ये भाविश अग्रवाल, तो ये जो फाउंडर भाविश अग्रवाल ने तो ऑब्वियसली ये फाउंडर भी भाविश अग्रवाल ही होने, बट ये नाल नाल एक इन्हों के को फाउंडर है, उन्होंने नाम है आनंद शाह। ओला इलैक्ट्रिक के फाउंडर ने आनंद शाह। ये 2010 हुई, ये 2017 हुई। तो जी ओला है इस टाइम कितने कितने काम कर रही है? वो इंडिया, ऑस्ट्रेलिया, न्यूजीलैंड है, यूके यानी कि यूनाइटेड किंगडम काम कर रही है। यह दोनों याद रखने तुम्हें। हैडक्वार्टर दोनों का कितने पैंता? हैडक्वार्टर दोनों का बेंगलुरु ही है। हैडक्वार्टर दोनों का बेंगलुरु है। भाविश अग्रवाल है फाउंडर सीईओ, ठीक है। ओला कैब्स इन चंडीगढ़, ओला इंडिया हेडक्वार्टर नहीं, नहीं ओला इंडिया हेडक्वार्टर बेंगलोर ही है। चलो, यूएस के सुप्रीम कोर्ट जस्टिस ने जो स्टीफन ब्रायर हम रिटायर हो जा रहे हैं, जेडे इन्हों के राष्ट्रपति ने बाइडन कह लगे ने कि कोई हो सकता कोई ब्लैक वूमेन उन्होंने रिप्लेसमेंट ए नेम कर। हम कहोगे सर सानू की लोड़ है उन्होंने सुप्रीम कोर्ट के जस्टिस बदलन ना बदलन आप की कर। देखो गल इदा की है, यूएस में कुछ भी होंगे ना सानू पढ़ना पैंदा, क्योंकि यूएस इज द ओनली सुपर पावर इन द वर्ल्ड, इकलौती सुपर पावर इन द वर्ल्ड है। मैं पहला भी गल कही थी भी ठंड उत्थे यूएस नू लगती है, ठंड कहते यूएसए ने लगती है, बट कोल्ड जो होंगे जुखाम जो होंगे छिका जो लगती पूरी वर्ल्ड में है। तो उ जे उ मार्केट डाउन है ना, हले इंडिया में भी फर्क पै गया, उल के रेट बढ़ते हैं, इतने भी रेट बढ़ते हैं, तो कुछ भी होंगे वह फर्क पैदा है। थोड़ा क्यों लगता भी जो यूएस के जेडे प्रेजिडेंशियल इलेक्शन हुए थे इन्ना ज्यादा कवरेज क्यों होंगे, सानू क्यों फर्क पैदा? क्योंकि जेड़े जिहड़ा भी प्रेजिडेंट उत्थे बनूगा उहदी जिहड़ी आइडियोलॉजी होगी उहदे अकॉर्डिंग ही वह पॉलिसीज बनाऊगा, तो उहदे अकॉर्डिंग ही पूरी दुनिया चलती है, उहदे अकॉर्डिंग ही। जिद्दां कि तुसीं कार्टर जिहड़ी सैंक्शन की गल की, तुहानूं क्यों लगता डरदी क्यों है? अजे तां फिर भी थोड़े चौड़ विच जिहड़ा असीं S-400 लै लिया यूएसए तो, अजे तां फिर भी बहुत चौड़ तां जिहड़ा असीं S-400 लै लिया यूएसए तो, बाकी कंट्रीज डरदियां फिरदियां उहनां तों। ਤਾਂ ਕਰਕੇ ਉਹਨਾਂ ਦਾ ਪ੍ਰੈਜ਼ੀਡੈਂਟ ਹੋਊਗਾ, ਜਿਹੋ ਜਿਹੀ ਪਾਲਿਸੀਆਂ ਬਣਾਊਗੀ ਸਾਡੇ ਲਈ, ਸਾਡੇ ਫਾਇਦੇ ਲਈ ਪਾਲਿਸੀਆਂ ਹੋਣਗੀਆਂ, ਤਾਂ ਹੀ ਉਹੋ ਜਿਹੇ ਪ੍ਰੈਜ਼ੀਡੈਂਟ ਭਾ ਲੂੰਗੇ ਨਾ ਅਸੀਂ ਵੀ ਸਾਡੇ ਲਈ ਫਾਇਦੇ ਲਈ ਪਾਲਿਸੀਜ਼ ਬਣਾਵੇ। ਤਾਂ ਕਰਕੇ ਉਹਨਾਂ ਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵਿੱਚ ਅਸੀਂ ਇੰਟਰਸਟ ਲੈਂਦੇ ਹਾਂ। ਬਾਕੀ ਲੋਕ ਗੱਲਾਂ ਕੀ ਕਰਦੇ ਆ? ਲੋਕ ਗੱਲਾਂ ਕਰਦੇ ਆ ਕਿ ਕਹਿੰਦੇ ਕਿ ਜਦੋਂ ਮੈਂ ਦੇਖਦਾ ਸੀ ਲੋਕ ਜਦੋਂ ਬਾਈਡਨ ਬਾਰੇ ਗੱਲ ਕਰਦੇ ਸੀ ਵੀ ਕਮਲਾ ਹੈਰਿਸ ਬਣ ਰਹੀ ਹੈ ਵਾਈਸ ਪ੍ਰੈਜ਼ੀਡੈਂਟ ਬਣ ਗਈ 49, ਕਹਿੰਦੇ ਸੀ ਕਿ ਅਸੀਂ ਕੀ ਲੈਣਾ, ਤੁਸੀਂ ਇੰਡੀਆ ਵੱਲ ਦੇਖੋ, ਆਪਣੇ ਇੰਡੀਆ ਨੂੰ ਦੇਖਣਾ ਨਹੀਂ, ਤੁਸੀਂ ਇੰਡੀਆ ਨੂੰ ਦੇਖਦੇ ਨਹੀਂ ਹੁੰਦੇ, ਤੁਸੀਂ ਆਪਣੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੁਸੀਂ ਏਦਾਂ ਫੋਲੋ ਨਹੀਂ ਕਰਦੇ, ਯੂਐਸ ਦੇ ਕਰ ਰਹੇ ਹੋ, ਬਸ ਬਾਹਰ ਜਾਣਾ ਤੁਸੀਂ, ਬਾਹਰ ਵਾਲੇ ਬਣ ਦਿਓ, ਬਾਹਰ ਵਾਲੇ ਬਣ ਦਿਓ। ਉਹ ਬਹੁਤ ਹੀ ਛੋਟੇ ਦਿਮਾਗ ਵਾਲੀ ਗੱਲ ਹੋ ਗਈ, ਤਾਂ ਅਸੀਂ ਉਦਾਂ ਦਾ ਨਹੀਂ ਸੋਚਣਾ, ਅਸੀਂ ਤਿਆਰੀ ਕਰ ਰਹੇ ਹਾਂ, ਅਸੀਂ ਪੜ੍ਹ ਰਹੇ ਹਾਂ, ਅਸੀਂ ਉਹ ਜੀ ਬੇਵਕੂਫੀ ਵਾਲੀ ਗੱਲਾਂ ਨਹੀਂ ਕਰਨੀ। ਯੂਐਸਏ ਤੋਂ ਫਰਕ ਪੈਂਦਾ ਹੈ, ਇਹ ਧਿਆਨ ਰੱਖਣਾ। ਸਟੀਫਨ ਬਰਾਇਰ ਨਾਂ ਹੈ, ਠੀਕ ਹੈ। ਤੇ ਇੱਕ ਪਿਕਚਰ ਬੁੱਕ ਲਾਂਚ ਹੋਈ ਹੈ, ਇੰਡੀਅਨ ਵੁਮੈਨ ਅਨਸੰਗ ਹੀਰੋਜ਼। ਪਿਕਚਰ ਬੁੱਕ ਕਿਹਾ ਅਨਸੰਗ ਹੀਰੋਜ਼ ਆਊਟ, ਮਤਲਬ ਕਿ ਉਹੋ ਜਿਹੇ ਹੀਰੋਜ਼ ਹੋਣਗੇ ਜਿਹਨਾਂ ਦਾ ਨਾਂ ਇਹਦੇ ਵਿੱਚ ਨਹੀਂ, ਮਤਲਬ ਜਿਹਨਾਂ ਦਾ ਨਾਂ ਸਾਨੂੰ ਨਹੀਂ ਪਤਾ, ਹਿਸਟਰੀ ਵਿੱਚ ਬਹੁਤ ਵੱਡੇ ਰਹਿ ਚੁੱਕੇ ਨੇ। ਇਹਦੇ ਵਿੱਚ ਕੀ ਹੈ, ਬੁੱਕ ਟੈਲਿੰਗ ਦ ਸਟੋਰੀ ਦਾ 20 ਵੁਮੈਨ ਫਰੀਡਮ ਫਾਈਟਰ ਨੇ, 20 ਵੁਮੈਨ ਫਰੀਡਮ ਫਾਈਟਰ ਨੇ, 20 ਵੁਮੈਨ ਫਰੀਡਮ ਫਾਈਟਰ ਨੇ, ਕਲਚਰ ਮਿਨਿਸਟਰੀ ਨੇ ਕੀਤੀ ਹੈ। ਕਲਚਰ ਮਿਨਿਸਟਰ ਕੌਣ ਨੇ? ਜੀ ਕਿਸ਼ਨ ਰੈਡੀ ਨੇ। ਤੇ ਕਿਹਦੇ ਨਾਲ ਪਾਰਟਨਰਸ਼ਿਪ ਵਿੱਚ ਆਈ ਹੈ ਇਹ? ਇਨ ਪਾਰਟਨਰਸ਼ਿਪ ਵਿੱਚ ਆਈ ਹੈ ਅਮਰ ਚਿੱਤਰਕਥਾ, ਅਮਰ ਚਿੱਤਰਕਥਾ ਦੀ ਪਾਰਟਨਰਸ਼ਿਪ ਵਿੱਚ ਆਈ ਹੈ ਇਹ। ਜਿਹੜੀ ਮਿਨਿਸਟਰ ਆਫ ਸਟੇਟ ਨੇ ਮੀਨਾਕਸ਼ੀ ਲਿਖੀ, ਇਹਨਾਂ ਨੇ ਕਿਹਾ ਰਾਨੀ ਅਬਾਕਾ ਹੈਡ ਥੋਟਿਡ ਪੋਰਚੁਗੀਜ਼ ਅਟੈਕਸ ਫੋਰ ਸੈਵਰਲ ਡੈਕੇਡ। ਹੁਣ ਕੁਛ ਮੈਂ ਜਿਹੜੇ ਨਾਂ ਲਿਖਣ ਜਾ ਰਿਹਾ ਇਹ ਲਿਖ ਲਓ, ਰਾਣੀ ਅਬਾਕਾ ਇਹਨਾਂ ਨੇ ਅਗੇਂਸਟ ਪੋਰਚੁਗੀਜ਼ ਇਹਨਾਂ ਨੇ ਕੰਮ ਕੀਤਾ ਸੀ, ਇਹਨਾਂ ਨੇ ਪੋਰਚੁਗੀ ਲੜਾਈਆਂ ਵਗੈਰਾ ਕੀਤੀ ਸੀ। ਸ਼ੀ ਸੈਡ ਦ ਸਟੋਰੀਜ਼ ਵਰ ਅਗੇਂਸਟ ਦਾ ਮਿਸ਼ਨ, ਕੋਈ ਨੀ। ਦ ਬੁੱਕ ਕੰਟੇਨ ਸਟੋਰੀਜ਼ ਆਫ ਮਟਾਂਗਿਰੀ ਹਾਜ਼ਰਾ, ਇੱਕ ਇਹ ਲਿਖੋ ਮਟਾਂਗਿਰੀ ਹਾਜ਼ਰਾ, ਠੀਕ ਹੈ ਜੀ। ਆ ਫਰੀਡਮ ਫਾਈਟਰ ਫੋਰ ਬੰਗਾਲ ਹੈ ਇਹ। ਇੱਕ ਗੁਲਾਬ ਕੌਰ ਦਾ ਨਾਂ ਰੱਖਣਾ ਹੈ ਯਾਦ, ਗੁਲਾਬ ਕੌਰ, ਇਹਨਾਂ ਨੇ ਬ੍ਰਿਟਿਸ਼ ਰੂਲ ਦੇ ਅਗੇਂਸਟ ਕੀਤਾ, ਮੋਸਟਲੀ ਦੇਖੋ ਬ੍ਰਿਟਿਸ਼ ਹੀ ਹੈ, ਠੀਕ ਹੈ ਜੀ। ਫਿਰ ਪਦਮਾਜਾ ਨਾਇਡੂ, ਸਰੋਜਨੀ ਨਾਇਡੂ ਜੀ ਦੀ ਡਾਟਰ ਹੈ ਜਿਹੜੀ, ਪਦਮਾਜਾ ਨਾਇਡੂ, ਕਿਸੇ ਨੂੰ ਪਤਾ ਵੀ ਨਹੀਂ ਹੋਣਾ ਨਾ ਇਹ, ਸਰੋਜਨੀ ਨਾਇਡੂ ਡਾਟਰ ਨੇ ਜਿਹੜੀ। ਫਿਰ ਵੇਲੂ ਨਾਚੀਅਰ ਇਹ ਫਸਟ ਇੰਡੀਅਨ ਟੂ ਵੇਜ ਵਾਰ ਅਗੇਂਸਟ ਈਸਟ ਇੰਡੀਅਨ ਕੰਪਨੀ। ਤਾਂ ਜੀ EIC ਜਿਹੜੀ ਈਸਟ ਇੰਡੀਅਨ ਕੰਪਨੀ ਸੀ ਉਹਦੇ ਅਗੇਂਸਟ ਲੜਾਈ ਕਰਨ ਵਾਲੀ ਪਹਿਲੀ ਵੁਮੈਨ ਬਣੀ ਸੀ, ਜਿੱਦਾਂ ਕਿ ਪਹਿਲਾ ਰਿਵੋਲਟ ਹੋਇਆ ਸੀ 1857, ਉਦਾਂ ਹੀ ਫਸਟ ਵੁਮੈਨ ਇਹ ਸੀ।
फिर झलकरी भाई, ये लिए मैं थोड़ा करा दूंगा, ये भी दे भी करा दूंगा ये मैं पढ़ के एक दिन। ये सोल्जर एडवाइजर सी रानी और झांसी, झलकरी भाई, ये मैं थोड़ा करा दूंगा अब तो, क्योंकि ये सवाल बन सकता है, क्योंकि सिर्फ भी नाम ने, भी अनसंग नाम ने, मतलब कि सुनने तुसी नहीं सुने ऑब्वियसली। रानी अबाका नहीं सुने, मतन गिरी हाजरा नहीं सुना, गुलाब कौर नहीं सुना, वेलू नचिया, झलकरी भाई मैं भी नहीं सुने, बट इंपोर्टेंट हो जाते हैं कि हुण बुक निकल चुकी है, सरकारी किताब निकली है, किने कढ़ी, एक ध्यान इंपोर्टेंट रखना किने कढ़ी, मिनिस्ट्री ने कढ़ी, मिनिस्ट्री ऑफ कल्चर ने कढ़ी है, कौन ने कल्चर मिनिस्टर साढ़े जी किशन रेड्डी ने साढ़े, किहदे नाल पार्टनरशिप कढ़ी है, अमर चित्रकथा नाल पार्टनरशिप कढ़ी है, ठीक है जी, ये ध्यान रखा। चलो तो जी ये अज की क्लास से थोड़ा दोबारा दस दी, पीपीएससी कोऑपरेटिव इंस्पैक्टर का जो बैच है पहला 1840 का सी, अज लई पता नहीं कल भी सीगा वैसे, अज लई अज भी है ही है, मैं देखा सवेरे। तो जी तुम करना कि पीपीएससी सर्च करो अंडर 24/7 से जाके, उसे Y38 कोड यूज करके थोड़ा पै जूगा ये 1471 का पै रहा है अज, एक बार थोड़ा मैं भावे दिखा भी देना, ये तुम है जिदा अंडर 24/7 ओपन करोगे उसे बस पीपीएससी सर्च करोगे ये आ जाऊंगे तीन बैच थोड़े को, खोलिया मैं पीपीएससी कोऑपरेटिव इंस्पैक्टर का बैच, ये थले माड़ा जहा स्क्रोल डाउन किया, व्यू ऑफर से गए, इतने केड़ा कोड, इतने थोड़ा जो अपना कोड मैं थोड़ा दसाया थोड़ा कोड Y38 Y383 किया, ये तो थोड़ा जहा एक्सट्रा डिस्काउंट मिल जाता, हूँ तुम कहो सर थले डिस्काउंट दिता वो ला लो, वो तो थोड़ा 1600 का पेगा, बट जो थोड़ा मैं थोड़ा अपना कोड दिता हुआ Y383 वह तो पै जाता 77-78% 1471 का, जे अडा 24/7 की ऐप तो लोगे तो होर सस्ता पैंता, ते हजे ये पूरे मंथ एंड लई मतलब कि 29-30-31 भी जेडे महापैक होंगे, महापैक विच की होंगे जिन्ने भी पेपर होंगे ओहो उन्हां दा सारा दा सारा मटीरियल ते पूरे एक साल लई होंदा ना वैसे ता, बट हुण जेड़ा ये महापैक है ये चल रहा है कि डबल वैलिडिटी चली हुई है, ये डबल वैलिडिटी चली हुई है, यह 24 months का पै रहा है, पहला थोड़ा पैंता होंगे 3219 का पैंता, 3219 सिर्फ एक साल पैंता है, बट हूँ जो अपना कोड है Y383 कोड ला के थोड़ा 3219 किन्ने टाइम का मिल रहा है, 3219 मिल रहा है थोड़ा 2 साल का, आखो ये लिखा 24 महीने। ये फायदा की है 627 मॉक टेस्ट, 29 ई बुक, 1500 घंटे की क्लासा, क्योंकि जिन्हें भी अगर पेपर आने ना पीपीएससी का कोई भी पेपर आए, पंचायत सैक्रेटरी वगैरह कोई भी आए, वह सारे ये इनकलूड हो जाएंगे, 3219 2 साल की वैलिडिटी मिल रही है, ते नाल नाल थोनू स्टडी मटीरियल सारा मिल रहा है, पीडीएफ टेस्ट सीरीज वगैरह जिहड़े बैच होंदे ने उहदे विच सिर्फ क्लासेस होंदी, उहदे विच टेस्ट सीरीज नहीं होंदी, ठीक है जी। पर इस बैच की टाइमिंग की होगी, इस बैच की टाइमिंग थोनू क्लास तो पहला ही आऊगी, वो अड अड होंदी है, ईमेल राही आऊगी, ठीक है जी। तो एक जो बैच लेना वो ले सकते हो, जो महापैक मैं तो वैसे कहना महापैक में इनवैसट करके फायदा है, क्योंकि हम थोड़ा 2 साल लिए मिल रहा है, कोई भी पेपर तुम दोगे वह जो लाइफ साइकिल होंगी एक साल तो चलती चलती है, होर भी पेपर देंदे रहो जो तैयारी करते रहो तो वधिया की होंदा है ना। चलो जी हुण आपां रैपअप करते, सत श्री अकाल, ते पीडीएफ थोनू मिल जूगी ऐप मत सॉरी यूट्यूब थोड़े टाइम बाद।